ਤੇ ਮੇਰੇ ਕੋਲ ਅੱਜ ਇਹ ਦਰਦ ਭਜਾਉਣ ਵਾਲੀ ਜਾਦੂਈ ਪੋਟਲੀ ਹੈ। ਉਹ ਪੋਟਲੀ ਜਿਸ ਨੂੰ ਦਰਦਾਂ ਵਾਲੀ ਥਾਂ ਦੇ ਉੱਤੇ ਜਦੋਂ ਵੀ ਤੁਸੀਂ ਰੱਖਿਆ ਤਾਂ ਦਰਦ ਹੈਗੇ ਨੇ ਉੱਥੋਂ ਇਕਦਮ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ। ਮੈਂ ਸਾਰੀ ਜੜੀ-ਬੁਟੀਆਂ ਅਸੀਂ 36 ਤਰ੍ਹਾਂ ਦੀ ਜੜੀ-ਬੁਟੀਆਂ ਪਾਊਡਰ ਬਣਾ ਕੇ ਉਹਨੂੰ ਇਹਦੇ ਚ ਬੰਦ ਕਰ ਲਿਆ। ਮਿੱਤੂ ਤੂਰੇ ਦਾ ਪੱਤਾ ਪਾ ਕੇ ਉਹਨੂੰ ਸਾੜ ਲਓ ਪੱਤੇ ਨੂੰ ਲਗਾਓ। ਤੇਲ ਨੂੰ ਲਾਓ ਆਪਣੇ ਗੋਡੇ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਆ ਚੰਗੀ ਤਰ੍ਹਾਂ ਇਹਨੂੰ ਲਾ ਲਿਆ ਨੂੰ ਸੇਕਾ ਕਰਨ ਲੱਗ ਜਾਓ ਹਫਤੇ ਚ ਗੋਡੇ ਦੀ ਦਰਦ ਵਿੱਚ ਆਰਾਮ ਆਣਾ ਸ਼ੁਰੂ ਹੋ ਜਾਏਗਾ ਤੁਸੀਂ ਜਿੱਦਾਂ ਮਰਜ਼ੀ ਖੜੇ ਹੋ ਜਿਹੜਾ ਵਜਨ ਨਹੀਂ ਪੈਂਦਾ ਸੀ ਵਜਨ ਪਹਿਣਾ ਸ਼ੁਰੂ ਹੋ ਜਾਏਗਾ ਇੰਨੀ ਕ ਕਰੀਮ ਲਾਣੀ ਹੈ ਇੱਕ ਗੋਡੇ ਤੇ ਦਿਨ ਵਿੱਚ ਦੋ ਵਾਰੀ ਕਰੀਮ ਲਾ ਲਓ ਸਾਰਾ ਦਿਨ ਗੋਡਾ ਬਿਲਕੁਲ ਐ ਨਵੇਂ ਗੋਡੇ ਵਰਗਾ ਰੱਖਾ। ਤੁਹਾਨੂੰ ਕੋਈ ਗੋਡਾ ਬਦਲਵਾਨ ਦੀ ਲੋੜ ਨਹੀਂ। ਤੁਸੀਂ ਇਹ ਸੇਖ ਰਾਤ ਨੂੰ ਤੇਲ ਲਾ ਕੇ ਰਾਤ ਨੂੰ ਸੇਕਾ ਕਰਕੇ ਪੈ ਜਾਓ। ਸਵੇਰੇ ਇੰਦਾ ਰਿਜ਼ਲਟ ਦੇਖੋ ਇੱਕ ਹਫ਼ਤਾ ਕਰਨ ਤੋਂ ਬਾਅਦ। ਸਰੀਰ 'ਚ ਖੜੇ ਹੁੰਦੇ ਹੋ ਗੋਡੇ ਫੜਨੇ ਪੈਂਦੇ ਸੀ, ਮੋਢੇ ਫੜਨੇ ਪੈਂਦੇ। ਲੋਕੀ ਤੇ ਐ ਉੱਠਦੇ ਐ ਟੇਢੇ ਹੋ ਕੇ ਓਏ, ਫਿਰ ਕਈ ਦਿਨ ਬਾਅਦ ਐ ਕਮਰ ਸਿੱਧੀ ਕਰਦੇ ਐ। ਉਹ ਸਾਰੀ ਦਿੱਕਤ ਕਮਰ ਜਦਰਦਾ ਕਮਰ ਤੇ ਲਾਓ। ਕੰਪਲੈਕਸ ਜਿੱਥੇ ਕਿਤੇ ਵੀ ਕਿਤੇ ਵੀ ਦਰਦ ਹੈ ਸਿਰਫ ਮਾਈਗਰੇਨ ਨੂੰ ਛੱਡ ਕੇ ਵਿਖਾਜ ਖੁਜਲੀ ਤਫੜ ਅਲਰਜੀਆਂ ਤਰ੍ਹਾਂ ਤਰ੍ਹਾਂ ਦੀਆਂ ਸਕਿਨ ਦੇ ਉੱਤੇ ਸਿਰ ਦੇ ਉੱਤੇ ਪੈਰਾਂ ਦੇ ਉੱਤੇ ਹਰ ਥਾਂ ਦੇ ਉੱਤੇ ਇਵਨ ਕਿ ਕੀ ਵਾਰ ਤੇ ਸਾਡੇ ਜਿਹੜੇ ਨਾਜ਼ੁਕ ਪਾਰਟ ਹੈਗੇ ਨੇ ਉਹਨਾਂ ਤੇ ਵੀ ਅਲਰਜੀ ਜਿਹੜੀ ਹੋ ਜਾਂਦੀ ਹੈ ਅਲਰਜੀ ਦਾ ਫਿਰ ਤੁਹਾਡੇ ਕੋਲ ਕੀ ਹੱਲ ਹੈ ਇਹਦੇ ਵਾਸਤੇ ਮੈਂ ਤੁਹਾਨੂੰ ਘਰੇਲੂ ਨੁਸਖਾ ਦੱਸਿਆ ਸੀ ਵੀ ਦਾਲ ਚੀਨੀ ਲਾਓ ਨੱਕ ਦੇ ਚ ਕਿਉਂ ਬਾਓ ਗਾਾਂ ਦਾ ਕਿਉਂ ਪਾਉ। ਰਾਤੀ ਸੋ ਤੁਸੀਂ ਤੁਹਾਡੀ ਅਲਰਜੀ ਖਤਮ ਹੋ ਜੇਗੀ। ਜਿਹੜਾ ਤੇਲ ਬਣਾਇਆ ਐ ਇਹ ਤੇਲ ਕੰਮ ਕਰਦਾ ਐ ਕਿਤੇ ਵੀ ਕੋਈ ਖਾਰਿਸ਼ ਐ ਭਾਵੇਂ ਬਵਾਸੀਰ ਕਰਕੇ ਖਾਰਿਸ਼ ਐ ਭਾਵੇਂ ਕੋਈ ਫੰਗਲ ਇਨਫੈਕਸ਼ਨ ਹੋ ਗਈ ਐ ਕੋਈ ਦਾਦ ਖਾਜ ਖੁਜਲੀ ਹੋ ਗਈ ਐ ਉਥੇ ਤੁਸੀਂ ਸਿਰਫ ਇਹ ਤੇਲ ਨੂੰ ਲਗਾਉਣਾ ਐ। ਲੀਵਰ ਵਾਸਤੇ ਤੁਸੀਂ ਆ ਵੀ ਆਮਲਾ ਰੋਜ਼ ਖਾਓ। ਭੂਮੀ ਆਮਲਾ ਲਓ। ਠੀਕ ਐ। ਪੁਨਰਨਵਾ ਲਓ, ਮਕੋਏ ਲਓ। ਹੁਣ ਲੋਕੀ ਤੇ ਸਿੱਧਾ ਫੋਨ ਕਰਕੇ ਕਹਿੰਦੇ ਡਾਕਟਰ ਤੁਸੀਂ ਫਾਰਮੂਲਾ ਦੱਸਿਓ ਫਾਰਮੂਲਾ ਬਹੁਤ ਵਧੀਆ ਇਹਦੀ ਕੋਈ ਗੋਲੀ ਵੱਟੀ ਵੀ ਬਣਾਈਏ ਉਹਦੇ ਜਵਾਬ ਵਾਸਤੇ ਮੈਂ ਫਿਰ ਐ ਯਕ੍ਰਿਤ ਕੇਰ ਬਣਾਤਾ ਵੀ ਇਹ ਗੋਲੀ ਦੋ ਗੋਲੀ ਸਵੇਰੇ ਦੋ ਗੋਲੀ ਸ਼ਾਮ ਨੂੰ ਇਹ ਕੜਾ ਪੀਣ ਲੱਗ ਜਾਓ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਸਿਰੋਸਿਸ ਆਫ ਲੀਵਰ ਗੈਸ ਬਣਦੀ ਹੈ ਅਫਾਰਾ ਹੁੰਦਾ ਇਹ ਸਾਰੀ ਚੀਜ਼ਾਂ ਤੇ ਹੱਲ ਕਰਦਾ ਇੱਕ ਮੈਂ ਦੱਸਿਆ ਸੀ ਤੁਹਾਨੂੰ ਕੇਸਰ ਤੇ ਗਾਂ ਦਾ ਦੁੱਧ ਇੱਕ ਚਮਚ ਗਾਂ ਦਾ ਦੁੱਧ ਲਓ ਉਹਦੇ ਵਿੱਚ ਦੋ ਪੰਖੜੀ ਕੇਸਰ ਦੀ ਪਾਓ ਉਹਨੂੰ ਚੰਗੀ ਤਰ੍ਹਾਂ ਰਗੜ ਲਓ ਲਾਲ ਹੋ ਜਾਏਗਾ ਉਹਦੇ ਨਾਲ ਪੂਰੇ ਫੇਸ ਦੇ ਉੱਤੇ ਲਾਓ ਜਿੱਥੇ-ਜਿੱਥੇ ਦਾਗ ਧੱਬੇ ਆ ਉਹ ਠੀਕ ਕਰ ਲਓ ਇਹ ਤੇਲ ਨੇ ਤੇ ਬਸ ਪੂਰਾ ਪੰਜਾਬ ਹੀ ਗੋਰਾ ਬਣਾ ਦਿੱਤਾ ਜੀ ਹੁਣ ਦੁਬਾਰਾ ਸਪੈਸ਼ਲ ਤਿਆਰ ਕੀਤਾ ਹੈ ਇਹ ਦੇਖੋ ਲਓ ਤੁਸੀਂ ਤੁਹਾਡੇ ਦੋਵੇਂ ਲਗਾਉਂਦੇ ਸਾਰੀ ਫਰਕ ਜੀ ਮੈਂ ਕਹਿੰਦਾ ਜੀ 5 ਮਿੰਟ ਵੀ ਨਹੀਂ 2 ਮਿੰਟ ਚ ਫਰਕ ਲਾंदे ਹੀ ਫਰਕ ਦਿਖਣ ਲੱਗ ਜੇਗਾ ਕਿਡਨੀ ਚ ਪਥਰੀ ਦੀ ਬੜੀ ਪ੍ਰੋਬਲਮ ਹੈ ਜੀ ਸਾਡੇ ਪਾਣੀ ਚ ਕੈਲਸ਼ੀਅਮ 옥ਸਲੇਟਸ ਵੱਧ ਗਈਆਂ ਪਾਣੀ ਖਰਾਬ ਹੋ ਗਿਆ ਉਹਦੇ ਕਰਕੇ ਕਿਡਨੀ ਦੀ ਪ੍ਰੋਬਲਮ ਹੋ ਆ ਗਈ ਹੈ ਕਿਡਨੀ ਚ ਪਥਰੀਆਂ ਹੋਣ ਲੱਗ ਜੇ ਪਥਰੀ ਦੀ ਸਾਡੀ ਦਵਾਈ ਹੈ ਜਿਹੜੀ ਅਸੀਂ ਦਿੰਦੇ ਹਾਂ 20 ਦਿਨ ਚ ਪਥਰੀ ਕੁਲ ਕੇ ਬਾਹਰ ਆ ਜਾਂਦੀ ਹੈ ਸਲਾਮ ਨਮਸਤੇ ਸਸਵੀਕਾ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਕੋਲ ਅੱਜ ਇਹ ਦਰਦ ਭਜਾਉਣ ਵਾਲੀ ਜਾਦੂਈ ਪੋਟਲੀ ਹੈ ਉਹ ਪੋਟਲੀ ਜਿਸ ਨੂੰ ਦਰਦਾਂ ਵਾਲੀ ਥਾਂ ਦੇ ਉੱਤੇ ਜਦੋਂ ਵੀ ਤੁਸੀਂ ਰੱਖਿਆ ਤਾਂ ਦਰਦ ਹੈਗੇ ਨੇ ਉਥੋਂ ਇਕਦਮ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਮਾਡਰਨ ਲੋਕਾਂ ਦੇ ਦੇਸੀ ਵੈਦ ਡਾਕਟਰ ਵਿਵੇਕ ahuja ਸਾਹਿਬ ਕੀ ਪੋਟਲੀ ਕੰਮ ਕਰਦੀ ਹੈ ਕਿਵੇਂ ਕੰਮ ਕਰਦੀ ਹੈ ਇਹ ਇਸ ਪੋਟਲੀ ਨਾਲ ਕਿਵੇਂ ਤੁਸੀਂ ਜਿਹੜਾ ਦਰਦ ਹੈਗੇ ਨੇ ਥਾਂ ਥਾਂ ਤੇ ਤੁਹਾਡੇ ਸਰੀਰ ਦੇ ਵਿੱਚ ਹੁੰਦੇ ਉਹ ਭਜਾ ਸਕਦੇ ਨੇ ਅੱਜ ਸਾਰੀ ਗੱਲਬਾਤ ਅਸੀਂ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਇਸ ਜਾਦੂਈ ਪੋਟਲੀ ਬਾਬਤ ਤੁਹਾਡੇ ਕੋਲੋਂ ਅਸੀਂ ਪੁੱਛੀਏ ਇਹਦੇ ਵਿੱਚ ਕੀ ਬੰਦ ਕੀਤਾ ਹੋਇਆ ਹੈ ਤੁਸੀਂ ਗੱਠਾਂ ਵੀ ਮੋਟੀਆਂ ਮਾਰ ਰੱਖੀਆਂ ਨੇ ਕਿ ਅਸੀਂ ਖੋਲਣਾ ਲਈਏ ਅਸੀਂ ਇਹ ਵੀ ਦੇਖਾਂਗੇ ਅੱਛਾ ਕਹ ਕੀ ਚੀਜ਼ ਜੀ ਜਿਹੜੇ ਦਰਦ ਨੇ ਇਹ ਦਰਦ ਸਾਡੇ ਸਰੀਰ ਦੇ ਵਿੱਚੋਂ ਸ਼ੁਰੂ ਕਿਵੇਂ ਹੁੰਦੇ ਨੇ ਔਰ ਇਹਨਾਂ ਦਰਦਾਂ ਦਾ ਮੇਨ ਕਾਰਨ ਕੀ ਹੁੰਦਾ ਦੇਖੋ ਜਦੋਂ ਉਮਰਵਾਦੀ ਹੈ ਨਾ ਜੀ ਤੇ ਵాయੂਵਾਦੀ ਹੈ ਠੀਕ ਹੈ ਵాయੂ ਜਦੋਂ ਵੀ ਜਾਂਦੀ ਹੈ ਕਿਤੇ ਉੱਥੇ ਉਹ ਦਰਦ ਕਰਦੀ ਹੈ ਠੀਕ ਹੈ ਠੀਕ ਹੈ ਤੇ ਤੁਹਾਡੇ ਸਵਾਲ ਦਾ ਜਵਾਬ ਵੀ ਗੱਠ ਮਜ਼ਬੂਤ ਹੈ ਦਿਖ ਨਹੀਂ ਰਿਹਾ ਹੈ ਕਿ ਮੈਂ ਖੋਲ ਦਿਨਾ ਇਹ ਕੋਈ ਮੇਰੀ ਪੋਟਲੀ ਨਹੀਂ ਹੈ ਆਯੁਰਵੇਦ ਦੀ ਪੋਟਲੀ ਹੈ ਠੀਕ ਹੈ ਆਯੁਰਵੇਦ ਜਿਹੜੀ ਜੜੀ ਬੁੱਟੀਆਂ ਕਈਆਂ ਗਈਆਂ ਠੀਕ ਹੈ ਜਿਵੇਂ ਕੋਈ ਮੋਚ ਆ ਜਾਂਦੀ ਐ ਅਸੀਂ ਕਹਿੰਦੇ ਆ ਨਾ ਗਰਮ ਤੇ ਠੰਡੇ ਪਾਣੀ ਸਿੱਕਾ ਕਰੋ ਠੀਕ ਹੈ ਹੁੰਦੇ ਸੈਂਦਾ ਨਮਕ ਪਾ ਲੋ ਠੀਕ ਹੈ ਫਿਰ ਘਰੇ ਰੇਤ ਦਾ ਸਿੱਕਾ ਹੁੰਦਾ ਸੀ ਪੱਲੇ ਟਾਈਮ ਵਿੱਚ ਠੀਕ ਹੈ ਅੱਜ ਕੱਲ ਉਹ ਮੋਡਰਨਾਈਜ਼ ਹੋ ਗਿਆ ਕੰਮ ਪਾਣੀ ਦੀ ਬੋਤਲਾਂ ਆ ਗਈਆਂ ਉਹ ਥੈਲੀ 'ਚ ਗਰਮ ਪਾਣੀ ਭਰਦੇ ਹੁੰਦੇ ਨਾਲ ਸਿੱਕਾ ਕਰਦੇ ਆਂ ਹਾਂਜੀ ਉਹਦੇ ਨਾਲ ਫਾਇਦਾ ਨਹੀਂ ਹੁੰਦਾ ਕਿਉਂਕਿ ਤੁਹਾਡਾ ਸਕਿਨ ਨਾਲ ਟੱਚ ਖਤਮ ਹੋ ਗਿਆ ਨਾ ਪਾਣੀ ਦਾ ਠੀਕ ਹੈ ਪਾਣੀ ਨੇ ਕੰਮ ਕਰਨਾ ਐ ਦੇਖੋ ਆਹ ਦੇਖੋ ਇਹ ਕੀ ਇਹ ਕੀ ਦਾ ਮਿੱਟੀ ਇਹ ਮਿੱਟੀ ਨਹੀਂ ਹੈ ਇਹ ਪਾਊਡਰ ਹੈਗਾ 36 ਜੜੀ ਬੂਟੀਆਂ ਦਾ ਪਾਊਡਰ ਹੈ ਇਹ ਲਗਾਉਣ ਵਾਲੀ ਵੀ ਉਹ ਚੀਜ਼ ਹੈ ਜਿਹੜੀ ਤੁਸੀਂ ਖਾ ਸਕਦੇ ਹੋ ਇਹਨੂੰ ਖਾ ਵੀ ਸਕਦੇ ਹੋ ਇਹਨੂੰ ਤੁਸੀਂ ਲਾਣਾ ਹੈ ਪੋਟਲੀ ਨੂੰ ਉਸ ਜਗ੍ਹਾ ਤੇ ਲਾਣਾ ਹੈ ਜਿਸ ਜਗ੍ਹਾ ਤੇ ਤੁਹਾਨੂੰ ਦਰਦ ਹੈ मतलब ਕਿਸੇ ਵੀ ਥਾਂ ਤੇ ਅਗਰ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਬੇਫਿਕਰੀ ਨਾਲ ਇਹ ਪੋਟੀ ਲਾਈ ਜਾ ਸਕਦਾ ਹੈ ਇਹ ਪੋਟਲੀ ਲਾਜੀ ਇਹ ਪੋਟਲੀ ਉੱਥੇ ਲਾਣੀ ਹੈ ਇਹ ਸਾਰੀ ਜੜੀ ਬੂਟੀਆਂ ਅਸੀਂ 36 ਤਰ੍ਹਾਂ ਦੀ ਜੜੀ ਬੂਟੀਆਂ ਪਾਊਡਰ ਬਣਾ ਕੇ ਠੀਕ ਹੈ ਉਹਨੂੰ ਇਹਦੇ ਚ ਬੰਦ ਕਰ ਲਿਆ ਤੇ ਇਹਨੂੰ ਧਾਗੇ ਨਾਲ ਕਪੜੇ ਨਾਲ ਹੀ ਬੰਦ ਕਰ ਲਿਆ ਇਹਦਾ ਹੁਣ ਲਗਾਣੀ ਕਿੱਦਾਂ ਸਭ ਤੋਂ ਵੱਡੀ ਗੱਲ ਹੈ ਅਸੀਂ ਤੁਹਾਡੇ ਕੋਲ ਇਹ ਵੀ ਪੁੱਛਦੇ ਹਾਂ WhatsApp ਕਿ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਇਹ ਦਰਦ ਭਜਾਉਗੀ ਪਰ ਮੇਰਾ ਸਵਾਲ ਉੱਥੇ ਖੜਾ ਹੈ ਕਿ ਜਿਹੜੇ ਦਰਦਾਂ ਦੇ ਕਾਰਨ ਇਸ ਵੇਲੇ ਕੀ ਬਣ ਰਹੇ ਨੇ ਜੀ ਜਿਹਦੇ ਵੀ ਗੋਡੇ ਨੂੰ ਹੱਥ ਲਾ ਲੋ ਕਹਿੰਦਾ ਗੋਡਾ ਦੁਖਦਾ ਜਿਹਦੇ మోਡੇ ਤੇ ਹੱਥ ਲਾ ਲੋ ਮੋਡਾ ਦੁਖਦਾ ਜਿਹਦੇ ਪਿੱਠ ਤੇ ਹੱਥ ਲਾ ਲੋ ਉਹ ਕਹਿੰਦਾ ਯਾਰ ਪਿੱਠ ਤੇ ਹੱਥ ਨਾਲ ਲਾ ਥਾਪੀ ਨਾ ਦੇ ਮੈਨੂੰ ਮੇਰੀ ਤਾਂ ਢੂਈ ਦੀ ਬੱਸ ਹੋਈ ਪਈ ਐ ਪਿੱਠ ਦੀ ਬੱਸ ਹੋਈ ਪਈ ਐ ਦੇਖੋ એનર્ਜੀ ਨਾ ਹੋਣਾ ਸਰੀਰ ਵਿੱਚ ਖਾਣ ਪੀਣ ਖਰਾਬ ਹੋਣਾ એનર્ਜੀ ਨਾ ਆਉਣਾ ਕਿਉਂ ਤੁਸੀਂ ਛੜਤਾ ਖਾਣਾ ਦੇਸੀ ਕਿਉਂ ਗਲਤ ਚੀਜ਼ਾਂ ਬਾਜ਼ਾਰ 'ਚ ਆਣ ਲੱਗੀਆਂ ਉਹ ਤੁਸੀਂ ਖਾਣ ਲੱਗ ਗਏ ਚਾਹੇ ਉਹ ਫਰਾਈਡ ਫੂਡ ਐ ਹੋਰ ਐ ਪਹਿਲੇ ਕੀ ਸੀ ਸਰੀਰ ਖੜਿਆ ਰਹਿੰਦਾ ਸੀ ਕਿਉਂ ਖਾਂਦੇ ਸੀ ਖਿਉਕਾ ਕੀ ਮਜਬੂਤੀ ਵਾਲਾ ਕੰਮ ਕਰਦੇ ਸੀ ਉਹ ਰੱਚ ਜਾਂਦਾ ਸੀ ਸਰੀਰ ਵਿੱਚ ਉਹ ਅਸੀਂ ਬੰਦ ਕਰਤਾ ਠੀਕ ਹੈ ਡਾਕਟਰਾਂ ਨੇ ਕਿਉਂ ਬੰਦ ਕਰਤਾ ਨਸਾਂ ਬੰਦ ਹੋ ਜਾਣਗੀਆਂ 20 ਸਾਲਾਂ ਬਾਅਦ ਤੇ ਉਹਨਾਂ ਨੂੰ ਸਮਝ ਲੱਗੀ ਵੀ ਭਾਈ ਕਿਉਂ ਕਰਕੇ ਤੁਹਾਡੇ ਗੋਡੇ ਖਤਮ ਹੋਣ ਲੱਗ ਗਏ ਹਾਰਟ ਦੀ ਪ੍ਰੋਬਲਮ ਇੰਦੇ ਕਰਕੇ ਹੈ ਹੀ ਨਹੀਂ ਹੁਣ ਉਹ ਕਹਿਣ ਲੱਗੇ ਵੀ ਖਿਉ ਖਾਣ ਲੱਗ ਜਾਓ ਖਿਉ ਖਾਣ ਲੱਗ ਜਾਓ ਉਹ 20 ਸਾਲ ਜਿਹੜੇ ਖਰਾਬ ਹੋ ਗਏ ਹੁਣ ਉਹਨਾਂ ਦਾ ਕੀ ਕਰੋਗੇ ਹੁਣ ਅਗਲੇ 20 ਸਾਲਾਂ ਵਿੱਚੋਂ ਠੀਕ ਹੋਣਗੇ ਹੁਣ ਲੋਕਾਂ ਨੇ ਖਾਣਾ ਸ਼ੁਰੂ ਕਰਤਾ ਕਿਉਂ ਉਸ ਟਾਈਮ ਦਾ ਜਿਹੜਾ ਸਿਸਟਮ ਸੀ ਉਹ ਉਹਨਾਂ ਨੇ ਖਰਾਬ ਕਰਤਾ ਉਹਦੇ ਕਰਕੇ ਗੋਡਿਆਂ ਦੀ ਗਰੀਸ ਬੰਨੀ ਖਤਮ ਹੋ ਗਈ ਸਾਡਾ ਖਾਣ ਪੀਣ ਇਦਾਂ ਦਾ ਹੋ ਗਿਆ ਪਹਿਲੇ ਧੋਪੇ ਚ ਕੰਮ ਕਰਦੇ ਸੀ ਕੈਲਸ਼ੀਅਮ ਵਿਟਾਮਿਨ ਡੀ ਦੀ ਕਮੀ ਦੀ ਜਰੂਰਤ ਨਹੀਂ ਸੀ ਹੁਣ ਅਲੱਗ ਗੋਲੀਆਂ ਖਾਣ ਲੱਗੇ ਤੁਸੀਂ ਕਹਿੰਸੀ ਕੈਲਸ਼ੀਅਮ ਵਿਟਾਮਿਨ ਡੀ ਦੀ ਪਹਿਲੇ ਕੋਈ ਕਮਰ ਦਰਦ ਨਹੀਂ ਹੁੰਦੀ ਸੀ ਕਿਸੇ ਨੂੰ ਗਰਦਨ ਦਰਦ ਨਹੀਂ ਹੁੰਦੀ ਸੀ ਕੋਈ ਕੰਮ ਕਾਜ ਇਦਾਂ ਦਾ ਸੀ ਹੱਡੀਆਂ ਮਜ਼ਬੂਤ ਸੀ ਹੁਣ 45 ਸਾਲ ਦੀ ਉਮਰ ਤੋਂ ਬਾਅਦ ਜਿਵੇਂ ਹੀ ਲੇਡੀਜ਼ ਵਿੱਚ ਮੀਨੋਪੌਜ਼ ਹੁੰਦਾ ਔਰ ਜਦੋਂ ਹੀ ਕਹਿ ਦਿੰਦੀ ਹੈ ਮੇਰੀ ਕਮਰ ਗਈ ਜੀ ਮੇਰੀ ਗਰਦਨ ਗਈ ਜੀ ਦਰਦ ਹੋਣੀ ਸ਼ੁਰੂ ਹੋ ਗਈ ਜੀ ਉਹ ਸਾਰੀ ਚੀਜ਼ਾਂ ਦਾ ਹੱਲ ਹੈ ਕਿ ਤੁਹਾਡਾ ਖਾਣ-ਪੀਣ ਠੀਕ ਕਰੋ ਉਮਰ ਦੇ ਹਿਸਾਬ ਨਾਲ ਚੀਜ਼ਾਂ ਸ਼ੁਰੂ ਕਰ ਦੋ ਜਿਵੇਂ ਦੋ ਕੈਟਾਗਰੀ ਚ ਆਪਾਂ ਡਿਵਾਈਡ ਕਰ ਲੈਨੇ ਆਂ ਵੈਸੇ ਤੇ ਕੈਟਾਗਰੀ ਤਿੰਨ ਐ ਬਾਲਵਸਥਾ ਬਾਲਵਸਥਾ ਹੁੰਦੀ ਐ ਬੱਚਾ ਠੀਕ ਐ ਜੋਵਨ ਅਵਸਥਾ ਜੋਵਨ ਅਵਸਥਾ ਜਵਾਨੀ ਠੀਕ ਐ વૃਦਾਵਸਥਾ ਮਤਲਬ ਬੁਢਾਪਾ ਆਪਾਂ ਇੱਥੇ ਦੋ ਦੀ ਗੱਲ ਕਰ ਲੈਨੇ ਆਂ ਠੀਕ ਐ ਜਵਾਨੀ ਤੇ ਬੁਢਾਪਾ ਜਵਾਨੀ ਦੀ ਜਿਹੜੀ ਪ੍ਰੋਬਲਮ ਐ ਮੇਨ ਪ੍ਰੋਬਲਮ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਵਾਨੀ ਦੀਆਂ ਐ ਐਸਿਡਿਟੀ ਗੈਸ ਅਫਾਰਾ ਢਿੱਡ ਫੁੱਲ ਜਾਣਾ ਖੱਟੇ ਡਕਾਰ ਆਣੇ ਈਵਨ ਕੇ ਹਾਰਟ ਅਟੈਕ ਵੀ ਜਵਾਨੀ ਚ ਆਣ ਲੱਗ ਗਿਆ ਕੋਲੇਸਟ੍ਰੋਲ ਖਰਾਬ ਹੋ ਗਿਆ ਉਹਦੇ ਵਾਸਤੇ ਅਸੀਂ ਕਹਿੰਨੇ ਆਂ ਬਈ ਲੀਵਰ ਨੂੰ ਠੀਕ ਰੱਖੋ ਲੀਵਰ ਕਿਟ ਯੂਜ਼ ਕਰੋ ਠੀਕ ਹੈ ਇਹ ਲੀਵਰ ਨੂੰ ਠੀਕ ਕਰਨ ਵਾਸਤੇ ਹੈ ਇਹਦੇ ਚ ਕੀ ਯੂਜ਼ ਹੁੰਦਾ ਹੈ ਭੂਮੀ ਆਮਲਾ ਆਮਲਾ ਕਟਕੀ ਕਾਲਮੇਕ ਪੁਨਰਨਵਾ ਨਮਾਇਸ ਲੋ ਐਵੇਂ ਦੀ ਚੀਜ਼ਾਂ ਯੂਜ਼ ਹੁੰਦੀਆਂ ਇਹ ਤੁਹਾਡੇ ਲੀਵਰ ਨੂੰ ਬਿਲਕੁਲ ਠੀਕ ਰੱਖਦੀਆਂ ਇਹ ਤੇ ਹੈ ਜਵਾਨੀ ਜਵਾਨੀ ਚ ਹੋਰ ਕੀ ਮੇਨ ਦਿੱਕਤ ਆ ਰਹੀ ਹੈ ਕੋਲੇਸਟ੍ਰੋਲ ਦੀ ਜਦੋਂ ਤੁਸੀਂ ਲੀਵਰ ਠੀਕ ਕਰ ਲੋਗੇ ਕੋਲੇਸਟ੍ਰੋਲ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਏਗਾ ਦੂਜੇ ਪਾਸੇ ਦਿੱਕਤ ਆਉਂਦੀ ਹੈ ਪੱਥਰੀ ਦੀ ਜੀ ਇਹ ਤੇ ਜਵਾਨੀ ਦੀ ਹੋ ਗਈ ਫਿਰ ਬੁਢਾਪੇ ਦੀ ਗੱਲ ਕਰੀਏ ਬੁਢਾਪੇ 'ਚ ਤੁਸੀਂ 10 ਬਜ਼ੁਰਗਾਂ ਨੂੰ ਪੁੱਛੋ 9 ਐ ਕਹਿੰਦੇ ਆ ਭਾਈ ਪੁੱਤਰ ਮੇਰਾ ਗੋਡਾ ਗਿਆ ਮੇਰਾ ਮੋਢਾ ਗਿਆ ਉਹਨਾਂ ਨੂੰ ਮੇਰੀ ਨਸਾਂ ਦੀ ਦਿੱਕਤ ਗਈ ਨਸ ਦੀ ਦਿੱਕਤ ਗੋਡੇ ਮੋਡੇ ਦੀ ਦਿੱਕਤ ਕੋਈ ਵੀ ਜੋੜ ਦੀ ਦਿੱਕਤ ਸਭ ਵాయు ਨਾਲ ਜੁੜੀ ਹੋਈ ਹੈ ਉਹ ਕੀ ਹੁੰਦਾ ਜੀ ਬਾਤ ਬੈ ਬੈ ਆਯੁਰਵੇਦ ਦੇ ਤਿੰਨ ਸਿਧਾਂਤ ਹੈ ਵਾਤ ਪਿੱਤ ਕਫ ਸਾਰੀ ਪ੍ਰੋਬਲਮ ਵాయు ਨਾਲ ਜੁੜੀ ਹੋਈ ਹੈ ਚਾਹੇ ਤੁਹਾਡੀ ਮੈਮਰੀ ਭੁੱਲ ਰਿਓ ਤਾਂ ਵాయుਵਦਨ ਕਰਕੇ ਭਾਵੇਂ ਤੁਹਾਡੇ ਗੋਡੇ ਮੋਢਿਆਂ ਚ ਦਰਦ ਹੈ ਉਹ ਵాయు ਕਰਕੇ ਉਹਦੇ ਵਾਸਤੇ ਅਸੀਂ ਤਿਆਰ ਕੀਤਾ ਹੈ ਤੇਲ ਗੋਲੀਆਂ ਵੀ ਹੈਗੀਆਂ ਤੇਲ ਤੇ ਕਰੀਮ ਇਹ ਲਾਂ ਲੱਗ ਜਾਓ ਸਰੀਰ ਦੀ ਤਾਕਤ ਵਾਸਤੇ ਸ਼ਿਲਾਜੀਤ ਆ ਤੁਸੀਂ ਵੈਸੇ ਤੁਸੀਂ ਪਹਿਲਾਂ ਨੁਸਖੇ ਫਾਰਮੂਲੇ ਦੰਦੇ ਸੀ ਤੇ ਅੱਜ ਸਿੱਧਾ ਤੁਸੀਂ ਡਾਇਰੈਕਟ ਤੇਲ ਕਰੀਮ ਤੇ ਕਿਵੇਂ ਪਹੁੰਚ ਗਏ ਮੇਰੇ ਕੋਲ ਹਜ਼ਾਰਾਂ ਫੋਨ ਵੱਜਣ ਲੱਗ ਗਏ ਜੀ ਤੁਹਾਡੀ ਵੀਡੀਓ ਸੁਣ ਸੁਣ ਕੇ ਵੀ ਡਾਕਟਰ ਸਾਹਿਬ ਅਸੀਂ ਤੇ ਇਹ ਤੇਲ ਨਹੀਂ ਬਣਾ ਸਕਦੇ ਸਾਡੇ ਦੇ ਬੱਚੇ ਬਾਹਰ ਰਹਿੰਦੇ ਆ ਸਾਡੇ ਕੋਲ ਨਾ ਤੇ ਤੇਲ ਬਣਾਇਆ ਜਾਂਦਾ ਸਾਨੂੰ ਰੈਡੀमेड ਤੇਲ ਦਿਓ ਐ ਕੋ ਪੈਕਿੰਗ ਨਹੀਂ ਕੀਤੀ ਹੋਈ ਇਹ ਆਪ ਹੀ ਲਿਖਿਆ ਪੇਨ ਆਇਲ ਇਹ ਤੁਹਾਡੀ ਵੀਡੀਓ ਕਰਕੇ ਅਸੀਂ ਤੇਲ ਬਣਾਇਆ ਤੇ ਇਹਨਾਂ ਨੂੰ ਆਪ ਸ਼ੀਸ਼ੀ ਚ ਬੰਦ ਕੀਤਾ लोग कहते ਨੇ ਵੀ ਸਾਡੇ ਕੋਲ ਨੁਸਖੇ ਫਾਰਮੂਲੇ ਬਣਾਏ ਨਹੀਂ ਜਾਂਦੇ ਨਹੀਂ ਉਹਨਾਂ ਨੇ ਯੂਜ਼ ਕੀਤੇ ਹੁਣੇ ਮੈਨੂੰ ਲੇਟੈਸਟ ਫੋਨ ਆਇਆ ਕੱਲ ਪਰਸੋਂ ਦੀ ਗੱਲ ਐ ਬਜ਼ੁਰਗ ਆਇਆ ਮੇਰੇ ਪੈਰੀ ਪੈਨ ਲੱਗ ਗਿਆ ਮੈਂ ਮਾਤਾ ਜੀ ਕਿਉਂ ਸਾਨੂੰ ਪਾਪ ਚੜਾ ਰਹੇ ਹੋ ਆ ਕੇ ਕਹਿੰਦੇ ਜੀ ਮੈਂ ਤੁਹਾਡਾ ਅਦਰਕ ਨਿੰਬੂ ਲਸਣ ਤੇ ਸੇਬ ਦਾ ਸਿਰਕਾ ਉਹ ਫਾਰਮੂਲਾ ਯੂਜ਼ ਕੀਤਾ ਹੈ ਮੇਰੇ ਹਾਰਟ ਤੁਰਦੀ ਸੀ ਮੈਨੂੰ ਸਾਹ ਚੜਦਾ ਸੀ ਮੈਨੂੰ ਮਹੀਨਾ ਹੋ ਗਿਆ ਵਰਤਦੇ ਹੋਏ ਮੈਨੂੰ ਆਰਾਮ ਐ ਜੀ ਮੈਂ ਜੀ ਲੰਦੇਰੋ ਕੰਦੇ ਮੈਂ ਉਹ ਲੈ ਨਹੀਂ ਸਕਦੀ ਨਾ ਮੈਂ ਬਣਾ ਸਕਦੀ ਨਾ ਮੈਂ ਲੈ ਸਕਦੀ ਮੈਨੂੰ ਤਾਂ ਗੋਲੀ ਬੱਟੀ ਦੇ ਦਿਓ ਜਾਂ ਬਣਿਆ ਹੋਇਆ ਦੇ ਦਿਓ ਆਪ ਬਣਾ ਕੇ ਦੇ ਦਿਓ ਫਿਰ ਮੈਂ ਉਹਨਾਂ ਨੂੰ ਅਰਜੁਨਛਾਲ ਪੁਸ਼ਕਰਮੂਲ ਉਹ ਚੀਜ਼ਾਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਉਹਦਾ ਕਾੜਾ ਬਣਾ ਕੇ ਉਹ ਕਾੜਾ ਬੋਤਲੇ ਚ ਭਰ ਕੇ ਦੇਤਾ ਮੈਂ ਮਤਾ ਇਹ ਮਹੀਨੇ ਵਾਸਤੇ ਲੈ ਜਾਓ ਮਹੀਨੇ ਬਾਅਦ ਆ ਜਾ ਜੀ ਤਾਜ਼ਾ ਕਾੜਾ ਬਣਾ ਕੇ ਦਿੱਤਾ ਉਹਨਾਂ ਨੂੰ ਉਸ ਕਰਕੇ ਮੈਨੂੰ ਉਸ ਦਿਨ ਐ ਸਮਝ ਆਈ ਵੀ ਅਸੀਂ ਘਰੇਲੂ ਨੁਸਖੇ ਤੇ ਦੱਸ ਰਹੇ ਆ ਉਹ ਕੰਮ ਵੀ ਕਰ ਰਹੇ ਆਂ ਕਾਰਗਰ ਆਂ ਲੋਕੀ ਫੋਨ ਕਰ ਰਹੇ ਆਂ ਮੈਨੂੰ ਵੀ ਫੋਨ ਕਰਦੇ ਨੇ ਮੈਂ ਕchnar ਦੱਸਿਆ ਗੱਠਾਂ ਵਾਸਤੇ ਮੈਨੂੰ ਇੰਨਾ ਫੋਨ ਆਇਆ ਕchnar ਵਾਸਤੇ ਡਾਕਟਰ ਸਾਹਿਬ ਖਾਣਾ ਕਿਦਾਂ ਹੈ ਕੀ ਹੈ ਲੋਕਾਂ ਨੇ ਕchnar ਮੰਗਾ ਮੰਗਾ ਕੇ ਖਤਮ ਕਰਤੀ ਸਾਡੀ ਸਾਰੀ ਕchnar ਲੋਕਾਂ ਨੇ ਪੇੜ ਲੱਬ ਲੱਬ ਕੇ ਖਤਮ ਕਰਤੇ ਲੋਕੀ ਕਹਿੰਦੇ ਜੀ ਖਾਣਾ ਓਖਾ ਹੈ ਕੜਵਾ ਹੈ ਇਹਦੀ ਗੋਲੀ ਦਿਓ ਇੰਦੇ ਜਿਨ੍ਹਾਂ ਨੂੰ ਆਰਾਮ ਆਇਆ 10 ਪੈਸੇ 20 ਪੈਸੇ ਆਰਾਮ ਆਇਆ ਉਹ ਕਹਿੰਦੇ ਜੀ ਹੁਣ ਇਹਨੂੰ ਪੂਰਾ ਠੀਕ ਕਰੋ ਅਸੀਂ 6 ਮਹੀਨੇ 8 ਮਹੀਨੇ ਫਾਰਮੂਲਾ ਨਹੀਂ ਲੈ ਸਕਦੇ ਫਿਰ ਅਸੀਂ ਉਹ ਸਾਰੀ ਚੀਜ਼ਾਂ ਗੋਲੀਆਂ ਦੇ ਰੂਪ ਵਿੱਚ ਬਣਾ ਲੀਆਂ ਪਾਊਡਰ ਹੁਣ ਜਿਵੇਂ ਉਹ ਮੈਂ ਪੇਨ ਦਾ ਤੇਲ ਦੱਸਿਆ ਸੀ ਪੇਨ ਤੇਲ ਹੁਣ ਘਰ ਨਹੀਂ ਬਣਾ ਰਹੇ ਜਿਵੇਂ ਤਤੂਰੇ ਦਾ ਪੱਤਾ ਹੈ ਇਹ ਚੀਜ਼ਾਂ ਮੈਂ ਦੱਸੀਆਂ ਸੀ ਪਹਿਲੇ ਇੱਕ ਵੀਡੀਓ ਚ ਵੀ ਤਤੂਰੇ ਦਾ ਪੱਤਾ ਪਾ ਕੇ ਉਹਨੂੰ ਸਾੜ ਲਓ ਪੱਤੇ ਨੂੰ ਲਗਾਓ ਤੇਲ ਨੂੰ ਲਾਓ ਵਿੱਚੇ ਹੀ ਅਜਵੈਨ ਸਾੜ ਲਓ ਸੌਫ ਸਾੜ ਲਓ ਇਹ ਸਾਰੀ ਚੀਜ਼ਾਂ ਮੈਂ ਦੱਸੀਆਂ ਸੀ ਪਰ ਜਦੋਂ ਮਰੀਜ਼ ਲਗਾਂਦਾ ਹੈ ਆਰਾਮ ਆਂਦਾ ਹੈ ਉਹ ਹਰ ਵਾਰੀ ਉਹਨੂੰ ਇਹ ਸ਼ੱਕ ਰਹਿੰਦਾ ਵੀ ਕਿੰਨੀ ਪਾਣੀ ਹੈ ਕਿਦਾਂ ਪਾਣੀ ਹੈ ਵੱਧ ਘਟਨਾ ਹੋ ਜੇ ਵੱਧ ਘਟਨਾ ਹੋ ਜੇ ਜਦੋਂ ਉਹਨੂੰ ਇੱਕ ਵਾਰੀ ਰਿਜ਼ਲਟ ਆ ਜਾਂਦਾ ਨਾ 10 20 30 ਪੈਸੇ ਫਿਰ ਉਹ ਸਾਨੂੰ ਕਹਿੰਦਾ ਜੀ ਸਾਨੂੰ ਤੇ ਤੁਸੀਂ ਦੇ ਦਿਓ ਤੇਲ ਅਸੀਂ ਸਾਡਾ ਗੋਡਾ ਠੀਕ ਕਰੋ ਜੀ ਅਸੀਂ ਗੋਡਾ ਨਹੀਂ ਬਿਦਲਵਾਣਾ ਜਦੋਂ ਇਸ ਗੱਲ ਤੇ ਮਰੀਜ਼ ਆ ਜਾਂਦਾ ਨਾ ਫਿਰ ਮੈਨੂੰ ਇਹ ਸਮਝ ਆਈ ਵੀ ਹੁਣ ਬਣਾ ਕੇ ਰੱਖ ਦੋ ਜਿਹੜਾ ਕਹਿੰਦਾ ਚਾਹੀਦਾ ਉਹਨੂੰ ਦੇ ਦਿਓ ਅਦਰਵਾਇਜ਼ ਦੇਣ ਦੀ ਲੋੜ ਨਹੀਂ ਅਦਰਵਾਇਜ਼ ਘਰੇ ਬਣਾਓ ਘਰੇਲੂ ਨੁਸਖਾ ਵਰਤੋ ਐਵੇਂ ਹੀ ਆਪਾਂ ਲੀਵਰ ਵਾਸਤੇ ਗਿਆ ਲੀਵਰ ਵਾਸਤੇ ਦੱਸਿਆ ਵੀ ਆਮਲਾ ਰੋਜ਼ ਖਾਓ ਭੂਮੀ ਆਮਲਾ ਲਓ ਠੀਕ ਹੈ ਪੁਨਰਨਵਾਲੋ ਮਕੋਏ ਲਓ ਹੁਣ ਲੋਕੀ ਕਹਿੰਦੇ ਆ ਜੀ ਅਸੀਂ ਤੇ ਨਹੀਂ ਲੈ ਸਕਦੇ ਰੈਡੀਮੇਡ ਕੋਲ ਮੋੜ ਨਹੀਂ ਹੈਗਾ ਜੀ ਟਾਈਮ ਹੀ ਨਹੀਂ ਹੈ ਮਾਡਰਨ ਟਾਈਮ ਆ ਗਿਆ ਨਾ ਪਹਿਲੇ ਇਹ ਸਾਰੀ ਚੀਜ਼ਾਂ ਅਸੀਂ ਪਾ ਲੈਂਦੇ ਸੀ ਖਾਣਿਆਂ 'ਚ ਤੇ ਸਾਨੂੰ ਦਵਾਈ ਦੀ ਲੋੜ ਨਹੀਂ ਸੀ ਹੁਣ ਲੋਕੀ ਤੇ ਸਿੱਧਾ ਫੋਨ ਕਰਕੇ ਕਹਿੰਦੇ ਆ ਡਾਕਟਰ ਸਾਹਿਬ ਤੁਸੀਂ ਫਾਰਮੂਲਾ ਦੱਸਿਆ ਫਾਰਮੂਲਾ ਬਹੁਤ ਵਧੀਆ ਇਹਦੀ ਕੋਈ ਗੋਲੀ ਵੱਟੀ ਵੀ ਬਣਾਈ ਹੈ ਉਹਦੇ ਜਵਾਬ ਵਾਸਤੇ ਮੈਂ ਫਿਰ ਇਹ ਯਕ੍ਰਿਤ ਕੇਰ ਬਣਾਤਾ ਵੀ ਇਹ ਗੋਲੀ ਦੋ ਗੋਲੀ ਸਵੇਰੇ ਦੋ ਗੋਲੀ ਸ਼ਾਮ ਨੂੰ ਇਹ ਕੜਾ ਪੀਣ ਲੱਗ ਜਾਓ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਸਿਰੋਸਿਸ ਆਫ ਲੀਵਰ ਗੈਸ ਬਣਦੀ ਹੈ ਅਫਾਰਾ ਹੁੰਦਾ ਹੈ ਇਹ ਸਾਰੀ ਚੀਜ਼ਾਂ ਤੇ ਹੱਲ ਕਰਦਾ ਹੈ ਬਹੁਤ ਖਰਾਬ ਹੈ ਤੇ ਇਹ ਕੜਾ ਜਿਹੜਾ ਸਾਡੀ ਕਿਟ ਜਾਂਦੀ ਹੈ ਬਹੁਤ ਪੰਜਾਬ ਸਾਰੇ ਪੰਜਾਬ ਨੂੰ ਪਤਾ ਇਸ ਕਿਟ ਦਾ ਕੋਈ ਨਵੀਂ ਕਿਟ ਨਹੀਂ ਹੈ ਸਾਰੇ ਪੰਜਾਬ ਨੂੰ ਪਤਾ ਉਹ ਲੈ ਰਹੇ ਆ ਅੱਪਾ ਜਿਹੜੀ ਗੱਲ ਕਰ ਰਹੀ ਸੀ ਦਰਦਾਂ ਦੀ ਮੇਨ ਪ੍ਰੋਬਲਮ ਹੈ ਜੀ ਇਹ ਪੋਟਲੀ ਨੂੰ ਤੁਸੀਂ ਇਹ ਤੇਲ ਲਾਣਾ ਹੈ ਮੰਨ ਲਓ ਜੋੜ ਵਿੱਚ ਦਰਦ ਹੈ ਇੱਥੇ ਤੇਲ ਲਾਣਾ ਹੈ ਪੋਟਲੀ ਨੂੰ ਤਵੇ ਦੇ ਉੱਤੇ ਗਰਮ ਕਰਨਾ ਹੈ ਠੀਕ ਹੈ ਤੇ ਇਸ ਤੇਲ ਲਾਉਣ ਤੋਂ ਬਾਅਦ ਇਹਨੂੰ ਸੇਕਾ ਦੇ ਦਿਓ ਗੋਡੇ ਨੂੰ ਅੱਛਾ ਇਹਨਾਂ ਜੜੀ ਬੂਟੀਆਂ ਦਾ ਸੇਕਾ ਦੇ ਜੜੀ ਬੂਟੀਆਂ ਦਾ ਸੇਕਾ ਦੇਣਾ ਸੇਕਾ ਦੇਣ ਨਾਲ ਵੀ ਠੀਕ ਹੋ ਜਾ ਦਰਦ ਸੇਕਾ ਦੇਣ ਨਾਲ ਹੀ ਠੀਕ ਹੋਊਗਾ ਜਿਹੜੀ ਗਰੀਸ ਬਣਦੀ ਹੈ ਗਰੀਸ ਕੋਈ ਤੁਸੀਂ ਅੰਦਰ ਤੇ ਨਹੀਂ ਪਾਰੇ ਕੋ ਕਿਉਂ ਖਾਰੇ ਕੋ ਕਿਉਂ ਤੇ ਨਹੀਂ ਉੱਥੇ ਜਾ ਕੇ ਜਮਾ ਹੋ ਜਾਂਦਾ ਗਰੀਸ ਵਾਸਤੇ ਸਾਡੇ ਅੰਦਰ ਲਾਈਨਿੰਗ ਹੈ ਸੈੱਲ ਹੈ ਮੈਂ ਤੁਹਾਨੂੰ ਦੱਸਾਂ ਜੀ ਇਹ ਦੇਖੋ ਇਹ ਸਾਡਾ ਗੁੱਡ ਹੈ ਠੀਕ ਹੈ ਠੀਕ ਹੈ ਜੀ ਇਹਨੂੰ ਆਪਾਂ ਇਧਰੋਂ ਖੋਲ ਲੰਨੇ ਆ ਇਹ ਜਿਹੜੀ ਜਗ੍ਹਾ ਹੈ ਨਾ ਇੱਥੇ ਇੱਥੇ ਇੱਕ ਲਾਈਨਿੰਗ ਹੈ ਇੱਥੇ ਜਿਹੜੇ ਸੈੱਲ ਲੱਗੇ ਇਹ ਗ੍ਰੀਸ ਬਣਾਉਂਦੇ ਆ ਇੱਥੇ ਵੀ ਤੇ ਉੱਤੇ ਵੀ ਇਹ ਗ੍ਰੀਸ ਬਣਾਉਂਦੇ ਆ ਇਹ ਕੰਮ ਕਰਨਾ ਬੰਦ ਕਰ ਦਿੰਦੇ ਆ ਸੈੱਲ ਇਹ ਗ੍ਰੀਸ ਬਣਾਣਾ ਹਟ ਜਾਂਦੇ ਆ ਇਹਨਾਂ ਨੂੰ ਜੋੜੋ ਹੀ ਕਿਦਾਂ ਵੀ ਗ੍ਰੀਸ ਬਣਾਣੀ ਸ਼ੁਰੂ ਕਰ ਜਦੋਂ ਅਸੀਂ ਇਹਨੂੰ ਸੇਕਨੇ ਆ ਤੁਸੀਂ ਸਿੰਪਲ ਤਰੀਕਾ ਹੈ ਇਹ ਦੇਖੋ ਮੈਂ ਤੁਹਾਨੂੰ ਕਰਕੇ ਦੱਸਣਾ ਲਓ ਇਹ ਤੁਸੀਂ ਮਾੜਾ ਜਿਹਾ ਤੇਲ ਲੀਤਾ ਠੀਕ ਹੋ ਗਿਆ ਠੀਕ ਇਹ ਤੁਸੀਂ ਆਪਣੇ ਗੋਡੇ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਐ ਚੰਗੀ ਤਰ੍ਹਾਂ ਇਹਨੂੰ ਲਾ ਲਿਆ ਮਾਲਿਸ਼ ਕਰ ਲਈ ਗੋਡੇ ਦੇ ਉੱਤੋਂ ਹੁਣੇ ਮਾਲਿਸ਼ ਹੋ ਗਈ ਇਹ ਜਿਹੜੀ ਤੁਹਾਡੀ ਸਕਿਨ ਹੈ ਇਸ ਤੋਂ ਥੱਲੇ ਚਲੇ ਜਾਏਗਾ ਤੇਲ ਮਤਲਬ ਇਹਦੇ ਵਿੱਚ ਰਚ ਜਾਏਗਾ ਰਚ ਗਿਆ ਤੇਲ ਰਚ ਗਿਆ ਮੰਦੇ ਹੋ ਤੁਸੀਂ ਇਹ ਮੇਰੀ ਗੱਲ ਨੂੰ ਜਦੋਂ ਇਹ ਰਚ ਗਿਆ ਹੌਣ ਰਚਨ ਤੋਂ ਬਾਅਦ ਅਸੀਂ ਕੀ ਕਹਿੰਨੇ ਆ ਵੀ ਜਦੋਂ ਅਸੀਂ ਸੇਕ ਦਿੰਨੇ ਆ ਇਹ ਹੋਰ ਜ਼ਿਆਦਾ ਡੀਪ ਰਚਦਾ ਠੀਕ ਹੈ ਇਹਨੂੰ ਤੁਸੀਂ ਤਵੇ ਦੇ ਉੱਤੇ ਕੀਤਾ ਗਰਮ ਗਰਮ ਕਰਕੇ ਜਦੋਂ ਇਹਦੇ ਨਾਲ ਤੁਸੀਂ ਟਕੋਰ ਕਰੋਗੇ ਸੇਕ ਕਰੋਗੇ ਠੀਕ ਹੈ ਕੀ ਹੋਏਗਾ ਇਹਦਾ ਸਤ ਇਹਦੇ ਨਾਲ ਇਹ ਤੇਲ ਮਿਲੇਗਾ ਜਿੰਨੇ ਜੜੀ ਬੂਟੀ ਨੂੰ ਗਰਮੀ ਚਾਹੀਦੀ ਹੈ ਗਰਮੈਸ਼ ਉਹ ਮਿਲੂਗੀ ਇਹਦਾ ਜਿਹੜਾ ਹੁਣ ਐਸੈਂਸ ਹੈ ਸਤ ਹੈ ਉਹ ਸਤ ਤੇਲ ਦੇ ਨਾਲ ਜਾਊਗਾ ਅੰਦਰ ਉਹ ਜਦੋਂ ਤੁਸੀਂ ਐ ਸਿੱਕਾ ਕਰੋਗੇ ਗਰਮ ਕਰ ਕਰਕੇ ਇਹ ਸੇਕ 15 ਮਿੰਟ ਕਰਨਾ ਹੈ ਤੇਲ ਚੰਗੀ ਤਰ੍ਹਾਂ ਪੰਜ ਸੱਤ 10 ਮਿੰਟ ਤੇਲ ਲਾ ਕੇ ਜਦੋਂ ਸ਼ਾਈਨਿੰਗ ਆ ਗਈ ਤੇਲ ਲਾ ਕੇ ਇਹਨੂੰ ਸੇਕਾ ਕਰਨ ਲੱਗ ਜਾਓ ਹਫ਼ਤੇ 'ਚ ਗੋਡੇ ਦੀ ਦਰਦ ਵਿੱਚ ਆਰਾਮ ਆਣਾ ਸ਼ੁਰੂ ਹੋ ਜਾਏਗਾ ਤੁਸੀਂ ਜਿੱਦਾਂ ਮਰਜ਼ੀ ਖੜੇ ਹੋ ਜਿਹੜਾ ਵਜਨ ਨਹੀਂ ਪੈਂਦਾ ਸੀ ਵਜਨ ਪਹਿਣਾ ਸ਼ੁਰੂ ਹੋ ਜਾਏਗਾ ਸੇਕਾ ਕਰੀ ਜਾਓ ਤੁਰੀ ਜਾਓ ਕਰੀਮ ਖਾਈ ਜਾਓ ਜੇ ਤੁਸੀਂ ਅੰਗਰੇਜ਼ੀ ਗੋਲੀਆਂ ਖਾਓਗੇ ਦਰਦਾਂ ਦੀ ਤੁਸੀਂ ਆਪਣੀ ਕਿਡਨੀ ਨੂੰ ਖਰਾਬ ਕਰ ਡਾਕਟਰ ਆਪ ਕਹਿੰਦਾ ਵੀ ਬਹੁਤ ਜ਼ਿਆਦਾ ਭਾਈ ਬੀਬੀ ਦਵਾਈ ਨਾ ਖਾਈਂ ਦਰਦਾਲੀ ਕਿਡਨੀ ਖਰਾਬ ਹੋ ਜਾਊਗੀ ਉਹ ਪਹਿਲੇ ਹੀ ਕਹਿੰਦੇ ਹੁੰਦਾ ਸਾਈਡ ਇਫੈਕਟ ਹੈ ਫਿਰ ਠੀਕ ਕਿੰਦੇ ਨਾਲ ਹੋਊਗਾ ਠੀਕ ਹੋਊਗਾ ਆਯੁਰਵੇਦ ਨਾਲ ਤੇਲ ਲਾਣ ਨਾਲ ਨਾਲੇ ਇਹ ਕਰੀਮ ਇਹ ਕਰੀਮ ਮੈਂ ਕਈ ਵਾਰੀ ਕਹਿ ਚੁੱਕਿਆ ਇਸ ਤੋਂ ਵੱਧ ਨਹੀਂ ਲਾਣੀ ਇਹ ਵੀ ਜ਼ਿਆਦਾ ਹੈ ਠੀਕ ਇੰਨੀ ਕੁ ਕਰੀਮ ਲਾਣੀ ਹੈ ਇੱਕ ਗੋਡੇ ਤੇ ਦਿਨ ਵਿੱਚ ਦੋ ਵਾਰੀ ਕਰੀਮ ਲਾ ਲਓ ਸਾਰਾ ਦਿਨ ਗੋਡਾ ਬਿਲਕੁਲ ਐ ਨਵੀਂ ਗੋਡੇ ਵਰਗਾ ਰਹੂਗਾ ਤੁਹਾਨੂੰ ਕੋਈ ਗੋਡਾ ਬਦਲਵਾਨ ਦੀ ਲੋੜ ਨਹੀਂ ਸੇਕ ਕਰੀ ਜਾਓ ਇਹ ਕਰੀ ਜਾਓ ਸ਼ਰੀਰ ਦੀ ਤਾਕਤ ਵਾਸਤੇ ਸਰਦੀਆਂ ਆ ਗਈਆਂ ਸ਼ਿਲਾਜੀਤ ਠੀਕ ਹੈ ਹਲਕੀ ਜਿਹੀ ਮਾੜੀ ਕਣਕ ਦੇ ਦਾਣੇ ਜੀ ਨੀ ਸ਼ਿਲਾਜੀਤ ਰੋਜ਼ ਲੈਣ ਲੱਗ ਜਾਓ 6 ਮਹੀਨੇ ਲਓ ਕੀਆ ਵਾਹ ਅੱਛਾ ਡਾਕਟਰ ਜੀ ਜਿਹੜਾ ਇਹ ਹੁਣ ਜਿਸ ਤਰੀਕੇ ਨਾਲ ਸਰਦੀਆਂ ਦੀ ਸ਼ੁਰੂਆਤ ਹੈਗੀ ਐ ਸਵੇਰੇ ਸ਼ਾਮ ਦੀ ਠੰਡ ਵੀ ਜਿਹੜੀ ਸ਼ੁਰੂ ਹੋ ਗਈ ਹੈ ਲਗਭਗ ਲਗਭਗ ਪਾਣੀ ਪਿੰਡੇ ਤੇ ਪਾਉਂਦੇ ਆ ਕਰੰਟ ਜੇ ਲੱਗਣ ਲੱਗ ਗਿਆ ਜੀ ਸੋ ਇਹ ਜਿਹੇ ਦੇ ਵਿੱਚ ਜਿਹੜੇ ਦਰਦ ਸਾਡੇ ਸ਼ੁਰੂ ਹੋ ਗਏ ਨੇ ਇਹ ਜਿਹੜਾ ਤੁਹਾਡਾ ਪੇਨ ਰੀਲੀਫ ਆਇਲ ਹੈਗਾ ਇਹ ਕੰਮ ਕਰੇਗਾ ਉਹਦੇ ਤੇ ਬਿਲਕੁਲ ਕਰੇਗਾ ਤੁਸੀਂ ਸਿੰਪਲ ਤਰੀਕਾ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਸੇਕ ਦਿੰਨੇ ਆ ਉਸ ਤੋਂ ਬਾਅਦ ਅਸੀਂ ਕੀ ਕਹਿੰਨੇ ਆ ਤੁਸੀਂ ਫਿਜ਼ੀਓਥੈਰੇਪੀ ਕਰਾਣ ਜਾਂਦੇ ਹੋ ਡਾਕਟਰ ਕੀ ਕਹਿੰਦਾ ਥੈਰੇਪੀ ਕਰਾਣ ਤੋਂ ਬਾਅਦ ਭਾਈ 10 15 ਮਿੰਟ ਲੇਟੇ ਰਹੋ ਇਹਨੂੰ ਰੈਸਟ ਦਿਓ ਤੁਸੀਂ ਇਹ ਸੇਕ ਰਾਤ ਨੂੰ ਤੇਲ ਲਾ ਕੇ ਰਾਤ ਨੂੰ ਸੇਕਾ ਕਰਕੇ ਪੈ ਜਾਓ ਠੀਕ ਹੈ ਸਵੇਰੇ ਇੰਦਾ ਰਿਜ਼ਲਟ ਦੇਖੋ ਇੱਕ ਹਫ਼ਤਾ ਕਰਨ ਤੋਂ ਬਾਅਦ ਮਤਲਬ ਰਾਤੋ ਰਾਤ ਹੈ ਅਕਰਾਟ ਹੈ ਸਰੀਰ ਵਿੱਚ ਖੜੇ ਹੁੰਦੇ ਹੋਏ ਗੋਡੇ ਫੜਨੇ ਪੈਂਦੇ ਸੀ ਮੋਢੇ ਫੜਨੇ ਪੈਂਦੇ ਲੋਕੀ ਤੇ ਐ ਉੱਠਦੇ ਆ ਟੇਢੇ ਹੋ ਕੇ ਓਏ ਫਿਰ ਕਈ ਦਿਨ ਬਾਅਦ ਐ ਕਮਰ ਸਿੱਧੀ ਕਰਦੇ ਆ ਜੀ ਜੀ ਉਹ ਸਾਰੀ ਦਿੱਕਤ ਕਮਰ ਇਸ ਦਰਦ ਹੈ ਕਮਰ ਤੇ ਲਾਓ ਹਮ ਕੰਫੈਕ ਜਿੱਥੇ ਕਿਤੇ ਵੀ ਕਿਤੇ ਵੀ ਦਰਦ ਹੈ ਸਿਰਫ ਮਾਈਗਰੇਨ ਨੂੰ ਛੱਡ ਕੇ ਮਾਈਗਰੇਨ ਵਾਸਤੇ ਮੈਂ ਘਰੇਲੂ ਨੁਸਖਾ ਦਿੱਤਾ ਸੀ ਜੇ ਤੁਹਾਨੂੰ ਯਾਦ ਹੋ ਇੱਕ ਵਾਰੀ ਅਦਰਕ ਤੇ ਗੁੜ ਹਾਂਜੀ ਉਹ ਤੇ ਮੈਨੂੰ ਬਹੁਤ ਕਾਮਯਾਬ ਐ ਇਹ ਨੁਸਖਾ ਬਹੁਤ ਫੋਨ ਆਏ ਬਲਕਿ ਲੋਕੀ ਫਿਰ ਜਿਨ੍ਹਾਂ ਦੇ 10 20 25 ਪੈਸੇ ਆਰਾਮ ਆਇਆ ਉਹਨਾਂ ਨੇ ਮਾਈਗਰੇਨ ਦੀ ਦਵਾਈ ਸ਼ੁਰੂ ਕੀਤੀ ਅੱਜ ਠੀਕ ਹੋ ਗਏ ਠੀਕ ਹੋ ਗਏ ਮੇਰੇ ਕੋਲ ਤੇ ਆਉਣ ਲੱਗੇ ਕਹਿਣ ਲੱਗੇ ਵੀ ਡਾਕਟਰ ਸਾਹਿਬ ਠੀਕ ਹੋ ਗਏ ਹੁਣ ਡੱਬਾ ਲੈ ਕੇ ਆਉਣ ਲੱਗੇ ਵੀ ਡਾਕਟਰ ਸਾਹਿਬ ਸਾਡਾ ਮਾਈਗਰੇਨ ਤੋਂ ਕਿਹੜਾ ਛੁੱਟਿਆ ਮਸਾਂ ਤੇ ਆਪਾਂ ਜਦੋਂ ਆਯੁਰਵੇਦ ਨਾਲ ਜੁੜ ਜਾਂਦੇ ਆ ਦੇਸੀ ਚੀਜ਼ਾਂ ਲੈਣ ਲੱਗ ਜਾਂਦੇ ਆ ਚਾਹੇ ਉਹ ਲੀਵਰ ਦੀ ਐ ਚਾਹੇ ਉਹ ਪੇਨ ਦੀ ਐ ਅਸੀਂ ਠੀਕ ਐ ਅੱਛਾ ਡਾਕਟਰ ਸਾਹਿਬ ਇਸ ਵੇਲੇ ਜਿਹੜਾ ਜਦੋਂ ਮੌਸਮ ਬਦਲਦਾ ਤੁਸੀਂ ਸਾਨੂੰ ਸਮਝਾਇਆ ਸੀ ਆਫ ਦਾ ਕੈਮਰਾ ਕਿ ਇਹ ਸੰਧਿਆ ਰਤੂ ਹੁੰਦੀ ਹੈ ਹਾਂ ਹਨਾ ਸੰਧੀ ਕਾਲ ਸੰਧੀ ਕਾਲ ਸੰਧੀ ਇਹ ਸੰਧੀ ਕਾਲ ਜਿਹੜਾ ਵਰਡ ਹੈ ਨਾ ਇਹ ਸੰਸਕ੍ਰਿਤ ਦਾ ਵਰਡ ਹੈ ਸੰਧੀ ਦਾ ਮਤਲਬ ਹੁੰਦਾ ਹੈ ਜੋੜ ਠੀਕ ਹੈ ਜੋੜ ਦਾ ਮਤਲਬ ਹੈ ਦੋ ਚੀਜ਼ਾਂ ਦਾ ਮਿਲਣਾ ਠੀਕ ਹੈ ਸੰਧੀ ਕਾਲ ਦਾ ਮਤਲਬ ਹੁੰਦਾ ਹੈ ਸਰਦੀ ਆ ਰਹੀ ਹੈ ਠੀਕ ਹੈ ਗਰਮੀ ਜਾ ਰਹੀ ਹੈ ਇਹ ਸੰਧੀ ਕਾਲ ਜਿਹੜੇ ਕਾਲੇ ਇਸ ਟਾਈਮ ਸਰੀਰ ਬੜਾ ਨਾਜ਼ੁਕ ਹੁੰਦਾ ਠੀਕ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਇਸ ਟਾਈਮ ਤੁਸੀਂ ਖਾਸ ਧਿਆਨ ਰੱਖਣਾ ਹੈ ਆਪਣਾ ਫਿਰ ਇਸੇ ਇਨ੍ਹਾਂ ਦਿਨਾਂ ਦੌਰਾਨ ਹੀ ਜਿਹੜੀ ਖਾਜ ਖੁਜਲੀ ਤਫੜ ਅਲਰਜੀਆਂ ਤਰ੍ਹਾਂ ਤਰ੍ਹਾਂ ਦੀਆਂ ਸਕਿਨ ਦੇ ਉੱਤੇ ਸਿਰ ਦੇ ਉੱਤੇ ਪੈਰਾਂ ਦੇ ਉੱਤੇ ਹਰ ਥਾਂ ਦੇ ਉੱਤੇ ਇਵਨ ਕਿ ਕਈ ਵਾਰ ਤੇ ਸਾਡੇ ਜਿਹੜੇ ਨਾਜ਼ੁਕ ਪਾਰਟ ਹੈਗੇ ਨੇ ਉਹਨਾਂ ਤੇ ਵੀ ਅਲਰਜੀ ਜਿਹੜੀ ਹੋ ਜਾਂਦੀ ਹੈ ਅਲਰਜੀ ਦਾ ਫਿਰ ਤੁਹਾਡੇ ਕੋਲ ਕੀ ਹੱਲ ਹੈ ਦੇਖੋ ਅਲਰਜੀ ਦੋ ਤਰ੍ਹਾਂ ਦੀ ਅਲਰਜੀ ਹੈ ਇਹ ਜਦੋਂ ਮੌਸਮ ਬਦਲਦਾ ਹੈ ਨਾ ਗਰ ਸਰਦੀ ਤੋਂ ਗਰਮੀ ਆਂਦੀ ਹੈ ਗਰਮੀ ਤੋਂ ਸਰਦੀ ਆਂਦੀ ਹੈ ਠੀਕ ਹੈ ਇਸ ਟਾਈਮ ਤੁਸੀਂ ਦੇਖੋ ਖੰਗ ਜ਼ੁਕਾਮ ਇੱਕ ਤੇ ਅਲਰਜੀ ਇਹ ਹੈਗੀ ਠੀਕ ਹੈ ਇਹਦੇ ਵਾਸਤੇ ਮੈਂ ਤੁਹਾਨੂੰ ਘਰੇਲੂ ਨੁਸਖਾ ਦੱਸਿਆ ਸੀ ਵੀ ਦਾਲ ਚੀਨੀ ਲਾਓ ਨੱਕ ਕੇ ਚ ਕਿਓ ਬਾਉ ਗਾਹਾਂ ਦਾ ਕਿਓ ਪਾਓ ਰਾਤੀ ਸੋ ਤੁਸੀਂ ਤੁਹਾਡੀ ਅਲਰਜੀ ਖਤਮ ਹੋ ਜਾਏਗੀ ਇੱਕ ਹੁੰਦੀ ਹੈ ਸਕਿਨ ਤੇ ਅਲਰਜੀ ਖਾਰੀਸ਼ ਦਫੜ ਕਿਉਂਕਿ ਮੱਛਰ ਮੱਖੀ ਬਹੁਤ ਹੋ ਜਾਂਦਾ ਹੈ ਬਾਰਸ਼ ਨਾਲ ਛੋਟਾ ਛੋਟਾ ਜ਼ੀਰਾ ਬੜਾ ਹੋਇਆ ਹੋਇਆ ਹੈ ਜ਼ੀਰਾ ਹੋਇਆ ਉਹਦੇ ਕਰਕੇ ਕੀ ਹੁੰਦਾ ਲੋਕਾਂ ਨੂੰ ਥੱਪੜ ਪੈਣੇ ਸ਼ੁਰੂ ਹੋ ਜਾਂਦੇ ਆ ਫਿਰ ਦਾਦ ਖਾਜ ਖੁਜਲੀ ਹੋਣ ਲੱਗ ਜਾਂਦੀ ਹੈ ਇੱਕ ਬਿਮਾਰੀ ਹੁੰਦੀ ਹੈ ਜਣੇਊ ਜਣੇਊ ਹੋਣ ਲੱਗ ਜਾਂਦੀ ਹੈ ਹੋਰ ਜਿਹੜੀ ਹੈ ਸਕਿਨ ਤੋਂ ਜੁੜੀਆਂ ਹੋਈਆਂ ਬਿਮਾਰੀਆਂ ਉਸ ਤੋਂ ਉੱਪਰ ਦੀ ਬਿਮਾਰੀ ਹੈ ਜਿਵੇਂ ਸੋਰਿਐਸਿਸ ਹੈ ਐਸ ਸੀਜ਼ਨ ਨਹੀਂ ਵੇਖਦੀ ਪਰ ਇਹ ਬੜੀ ਹੋਣ ਲੱਗੀ ਹੈ ਫੁਲਵੈਰੀ ਬਹੁਤ ਹੋਣ ਲੱਗੀ ਹੈ ਲੋਕਾਂ ਨੂੰ ਇਹ ਜਿਹੜੀ ਦਾਦ ਖਾਜ ਖੁਜਲੀ ਹੈ ਉਹ ਇਸ ਸੀਜ਼ਨ ਜਿਹੜੀ ਆndi ਉਹਦੇ ਵਾਸਤੇ ਅਸੀਂ ਅਲਰਜੀ ਆਇਲ ਤਿਆਰ ਕੀਤਾ ਹੈ ਇਹ ਅਲਰਜੀ ਆਇਲ ਮੈਂ ਲਾਸਟ ਟਾਈਮ ਦੱਸਿਆ ਸੀ ਤੁਹਾਨੂੰ ਘਰੇ ਵੀ ਬਣਾ ਸਕਦੇ ਹੋ ਤੁਸੀਂ ਕੋਈ ਵੀ ਤੇਲ ਲੈ ਲਓ ਤੇਲ ਦਾ ਤੇਲ ਲੈ ਲਓ ਸਰੋਂ ਦਾ ਲੈ ਲਓ ਕੋਕੋਨਟ ਆਇਲ ਲੈ ਲਓ ਨਾਰੀਅਲ ਤੇਲ ਲੈ ਲਓ ਉਹਦੇ ਇਸ ਤੁਸੀਂ ਤુલਸੀ ਦੇ ਨਿੰਮ ਦੇ ਪੱਤੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਸਾੜ ਲਓ ਉਸ ਤੇਲ ਨੂੰ ਲਾਓ ਕੰਮ ਕਰੇਗਾ ਅਸੀਂ ਜਿਹੜਾ ਤੇਲ ਬਣਾਇਆ ਹੈ ਇਹ ਤੇਲ ਕੰਮ ਕਰਦਾ ਹੈ ਕਿਤੇ ਵੀ ਕੋਈ ਖਾਰਿਸ਼ ਹੈ ਭਾਵੇਂ ਬਵਾਸੀਰ ਕਰਕੇ ਖਾਰਿਸ਼ ਹੈ ਭਾਵੇਂ ਕੋਈ ਫੰਗਲ ਇਨਫੈਕਸ਼ਨ ਹੋ ਗਈ ਹੈ ਕੋਈ ਦਾਦ ਖਾਜ ਖੁਜਲੀ ਹੋ ਗਈ ਹੈ ਉਥੇ ਤੁਸੀਂ ਸਿਰਫ ਇਹ ਤੇਲ ਨੂੰ ਲਗਾਣਾ ਹੈ ਠੀਕ ਹੈ ਉਥੇ ਤੁਸੀਂ ਤੇਲ ਲਾ ਦਿਓ ਐਂਟੀਬੈਕਟੀਰੀਅਲ ਐਂਟੀਵਾਇਰਲ ਉਹਦਾ ਕੰਮ ਕਰਦਾ ਹੈ ਕੋਈ ਵੀ ਵਾਇਰਲ ਇਨਫੈਕਸ਼ਨ ਹੈ ਕੋਈ ਫੰਗਲ ਇਨਫੈਕਸ਼ਨ ਹੈ ਸਕਿਨ ਦੀ ਜ਼ਿਆਦਾਤਰ ਇਨਫੈਕਸ਼ਨ ਫੰਗਸ ਨਾਲ ਹੁੰਦੀ ਹੈ ਉਸ ਫੰਗਲ ਇਨਫੈਕਸ਼ਨ ਤੇ ਕੰਮ ਕਰਦਾ ਹੈ ਇਮੀਡੀਏਟਲੀ ਰਿਲੀਫ ਕਰਦਾ ਹੈ ਜਿਹੜੀ ਸੋਰੀਐਸਿਸ ਹੈ ਐਕਜ਼ੀਮਾ ਹੈ ਸਕਿਨ ਕਾਲੀ ਹੋ ਰਹੀ ਹੈ ਉਹਦੇ ਤੇ ਫਿਰ ਇਹ ਕਰੀਮ ਕੰਮ ਕਰਦੀ ਹੈ ਨਾਲੇ ਤੁਸੀਂ ਤੇਲ ਦੇ ਨਾਲ ਕਰੀਮ ਲਾਣ ਲੱਗ ਜਾਓ ਕਰੀਮ ਤੇ ਤੇਲ ਕੋਈ ਵੀ ਸ਼ਰੀਰ ਵਿੱਚ ਖਾਰਿਸ਼ ਹੈ ਉਹਨੂੰ ਜੜਵੀਂ ਚੱਕ ਦਿੰਦੀ ਹੈ ਪੂਰੀ ਹੈਲਪ ਕਰਦੀ ਹੈ ਤੇ ਉਹਨੂੰ ਖਤਮ ਕਰ ਦਿੰਦੀ ਹੈ ਅੱਛਾ ਤੇ ਡਾਕਟਰ ਸਾਬ ਇੱਕ ਇਹਨਾਂ ਮੌਸਮ ਦੇ ਵਿੱਚ ਨਾ ਬੜੀ ਪ੍ਰੋਬਲਮ ਹੁੰਦੀ ਹੈ ਡਾਰਕ ਸਰਕਲ ਹੋ ਜਾਂਦੇ ਨੇ ਜੀ ਅੱਖਾਂ ਦੇ ਆਲੇ ਦੋਲੇ ਕਾਲੇ ਘੇਰੇ ਪੈ ਜਾਂਦੇ ਨੇ ਉਹ ਸਕਿਨ ਕੁਝ ਹੋਰ ਕਹਿੰਦੀ ਹੁੰਦੀ ਹੈ ਡਾਰਕ ਸਰਕਲ ਕੁਝ ਹੋਰ ਬੋਲਦੇ ਨੇ ਜੀ ਦੇਖੋ ਡਾਰਕ ਸਰਕਲ ਅੱਜਕੱਲ ਬੜੀ ਕਾਮਨ ਪ੍ਰੋਬਲਮ ਹੋ ਗਈ ਹੈ ਯੰਗ ਜਨਰੇਸ਼ਨ اتش ਵੀ ਪ੍ਰੋਬਲਮ ਹੋ ਗਈ ਹੈ ਰਾਤ ਨੂੰ ਸਾਰਾ ਦਿਨ ਫੋਨ ਤੇ ਲੱਗੇ ਰਹਿਣਾ ਕੰਪਿਊਟਰ ਤੇ ਕੰਮ ਕਰਨਾ ਉਹਦੇ ਕਰਕੇ ਕੀ ਹੈ ਅੱਖਾਂ ਦੇ ਥੱਲੇ ਇੱਥੇ ਡਾਰਕ ਸਰਕਲ ਆਣਾ ਸ਼ੁਰੂ ਹੋ ਗਿਆ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਿਆ ਸੀ ਤੁਸੀਂ ਅਗਰ ਵੀਡੀਓ ਦੇਖੋਗੇ ਜਿਹੜੇ ਤੁਹਾਡੇ ਦਰਸ਼ਕ ਹੈ ਉਹ ਦੇਖਣਗੇ ਮੈਂ ਤੁਹਾਨੂੰ ਦੱਸਿਆ ਸੀ ਚੰਦਨ ਜੀ ਗੁਲਾਬ ਦੀ ਪੰਖੜੀ ਜੀ ਪਾਣੀ ਇਹਨਾਂ ਨੂੰ ਮਿਕਸ ਕਰਕੇ ਇਥੇ ਲਾਣਾ ਸ਼ੁਰੂ ਕਰੋ ਉਹਦੇ ਨਾਲ ਰելիਫ ਆ ਜਾਂਦਾ ਹੈ ਇੱਕ ਮੈਂ ਦੱਸਿਆ ਸੀ ਤੁਹਾਨੂੰ ਕੇਸਰ ਤੇ ਗਾਂ ਦਾ ਦੁੱਧ ਇੱਕ ਚਮਚ ਗਾਂ ਦਾ ਦੁੱਧ ਲਓ ਉਹਦੇ ਵਿੱਚ ਦੋ ਪੰਖੜੀ ਕੇਸਰ ਦੀ ਪਾਓ ਉਹਨੂੰ ਚੰਗੀ ਤਰ੍ਹਾਂ ਰਗੜ ਲਓ ਲਾਲ ਹੋ ਜਾਏਗਾ ਉਹਦੇ ਨਾਲ ਪੂਰੇ ਫੇਸ ਦੇ ਉੱਤੇ ਲਾਓ ਜਿੱਥੇ-ਜਿੱਥੇ ਦਾਗ ਧੱਬੇ ਆ ਉਹ ਠੀਕ ਕਰ ਲਓ ਜਿਹੜੇ ਇਹ ਨਹੀਂ ਕਰ ਸਕਦੇ ਅਸਲੀ ਕੇਸਰ ਨਹੀਂ ਪਤਾ ਕਿੱਥੋਂ ਮਿਲੇਗਾ ਅੱਜ ਕੱਲ ਤੇ ਪੰਜਾਬ ਵਿੱਚ ਵੀ ਕੇਸਰ ਉਗਣ ਲੱਗ ਗਿਆ ਜੀ ਏਸੀ ਦੇ ਕਮਰੇ ਬਣਾ ਦਿੰਦੇ ਆ ਤੇ ਕੇਸਰ ਉਗ ਰਿਹਾ ਕੀ ਕੀ ਉਹ ਕੇਸਰ ਕਸ਼ਮੀਰੀ ਕੇਸਰ ਦੇ ਬਰਾਬਰ ਹੈ ਨਹੀਂ ਹੋ ਸਕਦਾ ਉੱਥੇ ਦਾ ਐਟਮੋਸਫੀਅਰ ਉੱਥੇ ਦੀ ਵਾਯੂ ਉੱਥੇ ਦਾ ਪਾਣੀ ਉਹ ਵੀ ਤੇ ਕੰਮ ਕਰਦੀ ਹੋएगी ਨਾ ਕੋਈ ਏਸੀ ਕਮਰੇ ਚ ਕੇਸਰ ਉਹ ਆ ਕੇ ਕੇਸਰ ਥੋੜੀ ਕੰਮ ਕਰੂਗਾ ਠੀਕ ਹੈ ਤੇ ਅਸਲੀ ਕੇਸਰ ਅਗਰ ਤੁਸੀਂ ਯੂਜ਼ ਕਰਨ ਲੱਗ ਜਾਓ ਉਸ ਸਰਕਲ ਤੇ ਉਹ ਠੀਕ ਹੋ ਜਾਂਦਾ ਫਿਰ ਹੁੰਦਾ ਸੀ ਰੈਡੀਮੇਡ ਸੋਲੂਸ਼ਨ ਤਿਆਰ ਕਰਤਾ ਠੀਕ ਹੈ ਅਸੀਂ ਕਮਕਮਾ ਦੀ ਤੇਲ ਤਿਆਰ ਕਰਤਾ ਇਹ ਤੇਲ ਨੇ ਤੇ ਬਸ ਪੂਰਾ ਪੰਜਾਬ ਹੀ ਗੋਰਾ ਬਣਾ ਦਿੱਤਾ ਜੀ ਮੈਂ ਕਹਿੰਦਾ ਜੀ ਹਰ ਬੰਦਾ ਇਹ ਕਹਿ ਰਿਹਾ ਵੀ ਤੇਲ ਕਰੋ ਹੱਥ ਜੀ ਇਹ ਦੇਖੋ ਵਿੱਚ ਕੀ ਵਿੱਚ ਕੀ ਹੈ ਜੀ ਜਿਹੜਾ ਤੁਹਾਨੂੰ ਲਾਲ ਦਿਖ ਰਿਹਾ ਹੈ ਇਹ ਦੇਖੋ ਇਹਦੇ ਵਿੱਚ ਵੀ ਇਹ ਦੇਖੋ ਇਹ ਦਿਖ ਰਿਹਾ ਲਾਲ ਲਾਲ ਜਿੰਨਾਂ ਵਿੱਚ ਦਾਣੇ ਦਿਖ ਰਹੇ ਆ ਬਿਲਕੁਲ ਦਿਖ ਰਹੇ ਦੇਖੋ ਕੈਮਰਾਮੈਨ ਸਾਹਿਬ ਦਿਖਾ ਸਕਦੇ ਹੋ ਐ ਪਿੱਛੇ ਦਾਣੇ ਜੀ ਆ ਗਿਆ ਫੋਕਸ ਇਚ ਇਹ ਦੇਖੋ ਮੈਂ ਇੱਕ ਬੂੰਦ ਪਾਈ ਹੈ ਤੁਹਾਡੇ ਉੱਤੇ ਇੱਕ ਹੋਰ ਪਾ ਦਿੰਨਾ ਠੀਕ ਠੀਕ ਲਓ ਕਰੋ ਜੀ ਕੀ ਕਰੂਗਾ ਜੀ ਇਹ ਦੇਖੋ ਹੁਣੇ ਤੁਹਾਨੂੰ ਮੈਂ ਪਹਿਲੇ ਵੀ ਇੱਕ ਵਾਰੀ ਦਿਖਾਇਆ ਸੀ ਉਸ ਤੋਂ ਬਾਅਦ ਤੇ ਲੋਕੀ ਲੈਣੇ ਚ ਲੱਗ ਕੇ ਕਿਸ ਤਰ੍ਹਾਂ ਘੁਮਕੁਮਾਦੀ ਲੈਣ ਲੱਗ ਗਏ ਐ ਹੁਣ ਦੁਬਾਰਾ ਸਪੈਸ਼ਲ ਤਿਆਰ ਕੀਤਾ ਹੈ ਐ ਦੇਖੋ ਲਓ ਤੁਸੀਂ ਤੁਹਾਡੇ ਦੋਵੇਂ ਹੱਥ ਦੇਖੋ ਲਓ ਕਿ ਮਤਲਬ ਲਗਾਉਂਦੇ ਸਾਰੀ ਫਰਕ ਜੀ ਮੈਂ ਕਹਿੰਦਾ ਜੀ 5 ਮਿੰਟ ਵੀ ਨਹੀਂ 2 ਮਿੰਟ ਚ ਫਰਕ ਲਾਂਦੇ ਹੀ ਫਰਕ ਦਿਖਣ ਲੱਗ ਜਾਏਗਾ ਜੀ ਇਹ ਜਿਹੜੀ ਚੀਜ਼ਾਂ ਐ ਆਯੁਰਵੈਦਿਕ ਚੀਜ਼ਾਂ ਆਯੁਰਵੈਦ ਨਾਲ ਐ ਜਦੋਂ ਤੁਸੀਂ ਬਿਊਟੀ ਦੀ ਗੱਲ ਕਰਦੇ ਹੋ ਸੁੰਦਰਤਾ ਦੀ ਗੱਲ ਕਰਦੇ ਹੋ ਸੋਹਣੇ ਹੋਣ ਦੀ ਗੱਲ ਕਰਦੇ ਹੋ ਤਾਂ ਵੀ ਆਯੁਰਵੈਦ ਠੀਕ ਹੈ ਕਮਕੁਮਾ ਦੀ ਤੇਲ ਜਦੋਂ ਤੁਸੀਂ ਗੱਲ ਕਰਦੇ ਹੋ ਲੀਵਰ ਖਰਾਬ ਹੋਣ ਦੀ ਕਿਡਨੀ ਖਰਾਬ ਹੋਣ ਦੀ ਕਿਡਨੀ ਖਰਾਬ ਤੋਂ ਮੈਨੂੰ ਯਾਦ ਆ ਗਿਆ ਕਿਡਨੀ ਚ ਪੱਥਰੀ ਦੀ ਬੜੀ ਪ੍ਰੋਬਲਮ ਐ ਜੀ ਜੀ ਸਾਡੇ ਪਾਣੀ ਚ ਕੈਲਸ਼ੀਅਮ ਆਕਸਲੇਟਸ ਵੱਧ ਗਈਆਂ ਪਾਣੀ ਖਰਾਬ ਹੋ ਗਿਆ ਉੰਦੇ ਕਰਕੇ ਕਿਡਨੀ ਦੀ ਪ੍ਰੋਬਲਮ ਹੋ ਗਈ ਹੈ ਕਿਡਨੀ ਚ ਪਥਰੀਆਂ ਹੋਣ ਲੱਗ ਗਈਆਂ ਪਥਰੀ ਦੀ ਸਾਡੀ ਦਵਾਈ ਹੈ ਜਿਹੜੀ ਅਸੀਂ ਦਿੰਦੇ ਹਾਂ 20 ਦਿਨਾਂ ਚ ਪਥਰੀ ਕੁਲ ਕੇ ਬਾਹਰ ਆ ਜਾਂਦੀ ਹੈ। ਕੀ ਅਗਰ ਪਥਰੀ 10 ਤੋਂ 15 mm ਦੀ ਹੈ ਤੇ ਮਹੀਨਾ ਕੁ ਲੱਗਦਾ ਹੈ। 15 ਤੋਂ 30 mm ਦੇ ਵਿੱਚ ਹੈ ਤੇ 2 ਤੋਂ 3 ਮਹੀਨੇ ਲੱਗਦੇ ਆ। ਪਥਰੀ ਕੁਲ ਕੇ ਬਾਹਰ ਆ ਜਾਂਦੀ ਹੈ ਬਿਨਾ ਆਪਰੇਸ਼ਨ ਕਰਾਈ। ਬਿਨਾ ਉਹ ਲੋਕੀ ਤੇ ਭਾਨਾ ਲਬ ਲੈਂਦੇ ਆ ਵੀ ਕਾਹਨ ਪੀਣ ਦਾ ਵੀ ਪੱਥਰੀ ਹੋ ਗਈ ਕੁਝ ਪੀ ਲਈਏ ਬਿਨਾ ਪਿੱਤੇ ਸਿਰਫ ਆਯੁਰਵੈਦਿਕ ਜੜੀ ਬੂਟੀਆਂ ਨਾਲ ਪੱਥਰੀ ਨੂੰ ਅਸੀਂ ਬਾਹਰ ਕੱਢ ਦਿੰਨੇ ਆ ਕਰੇਲੂ ਨੁਸਖਾ ਮੈਂ ਤੁਹਾਡੇ ਚੈਨਲ ਤੇ ਪਹਿਲੇ ਵੀ ਦੱਸਿਆ ਹੋਇਆ ਹੈ ਜੀ ਕਾਫੀ ਵਾਇਰਲ ਹੋਇਆ ਸੀ ਜੀ ਪੱਥਰ ਚਟ ਇੱਕ ਪੱਥਰ ਚਟ ਦੱਸਿਆ ਸੀ ਇੱਕ ਮੱਕੀ ਦੇ ਵਾਲ ਦੱਸੇ ਸੀ ਜੀ ਇੱਕ ਕੁਲਥੀ ਦੀ ਦਾਲ ਦੱਸੀ ਸੀ ਠੀਕ ਹੈ ਤਿੰਨੋਂ ਫਾਰਮੂਲੇ ਕਾਰਗਰ ਹੈ ਤਿੰਨੋਂ ਵਰਤ ਸਕਦੇ ਹੋ ਜੇ ਦਵਾਈ ਲੈਣੀ ਹੈ ਫਿਰ ਕਿੱਟਾ 20 ਦਿਨਾਂ ਵਿੱਚ ਪੱਥਰੀ ਕੋਲ ਕੇ ਬਾਹਰ ਆ ਜਾਂਦੀ ਹੈ ਇਹ ਕਿੱਟਾ ਜੀ ਇਹ ਕਿੱਟਾ ਇਹ ਤੇ ਇਹਦੇ ਚ ਤਿੰਨ ਚੀਜ਼ਾਂ ਜਾਂਦੀਆਂ ਕੈਪਸੂਲ ਜਾਂਦਾ ਹੈ ਕੈਪਸੂਲ ਹੈ ਪਾਊਡਰ ਹੈ ਤੇ ਲਿਕਵਿਡ ਹੈ ਨਾਲੇ ਅਸੀਂ ਇਹ ਹੁਣ ਤੇ ਸਾਨੂੰ ਸਮਝ ਆ ਗਈ ਵੀ ਲੋਕਾਂ ਨੂੰ ਆਯੁਰਵੇਦ ਦੇ ਜੋੜਨ ਵਾਸਤੇ ਨਾਲੇ ਇਹ ਦੇਣ ਲੱਗੇ ਆ ਲਿਟਰੇਚਰ ਲਿਟਰੇਚਰ ਪੂਰੀ ਦੇਣ ਲੱਗੇ ਆ ਆਯੁਰਵੇਦ ਕੀ ਹੈ ਠੀਕ ਹੈ ਪਿੱਤ ਕੀ ਹੈ ਵాయు ਕੀ ਹੈ ਕਫ ਕੀ ਹੈ ਕਿਵੇਂ ਤੁਸੀਂ ਤੁਹਾਡੇ ਸਰੀਰ ਨੂੰ ਸਾਫ਼ ਰੱਖਣਾ ਹੈ ਨਾਲੇ ਵੀ ਹਰ ਕਰੇ ਚ ਬਿਮਾਰੀ ਬਾਰ ਚਲੀ ਜੇ ਸੁੱਖ ਆ ਜੇ ਕੋਈ ਬਿਮਾਰ ਨਹੀਂ ਹੋਊਗਾ ਉਹ ਆਪਣੇ ਆਪ ਹੀ ਫਿੱਟ ਹੈ ਲੀਵਰ ਬਚਾ ਲੋ ਤੁਹਾਡਾ ਹਾਰਟ ਬਚ ਗਿਆ ਤੁਹਾਡੀ ਕਿਡਨੀ ਬਚ ਗਈ ਢਿੱਡ ਬਚਾ ਲੋ ਤੁਹਾਡਾ ਪੂਰਾ ਸਰੀਰ ਬਚ ਗਿਆ ਗਲਤ ਖਾਣ ਪਾਣ ਛੱਡ ਦਿਓ ਸੁੰਦਰਤਾ ਵਾਸਤੇ ਆਯੁਰਵੇਦ ਹੈ ਲੀਵਰ ਵਾਸਤੇ ਆਯੁਰਵੇਦ ਹੈ ਕਿਡਨੀ ਨੂੰ ਬਚਾਉਣ ਵਾਸਤੇ ਆਯੁਰਵੇਦ ਹੈ ਗੋਡੇ ਮੋਡਿਆਂ ਵਾਸਤੇ 100% ਕਾਰਗਰ ਆਯੁਰਵੇਦ ਹੈ ਸ਼ਾਬਾਸ਼ ਸਭ ਤੋਂ ਵਧੀਆ ਤੁਸੀਂ ਛੋਟੀ ਜਿਹੀ ਮੈਂ ਗੱਲ ਦੱਸਣਾ ਇੱਕ ਬਿਮਾਰੀ ਹੈ ਰੂਮਟੋਇਡ ਆਰਥਰਾਇਟਿਸ ਜਿੰਦੇ ਕਰਕੇ ਗੋਡੇ ਪਤਲੇ ਜਾਂਦੇ ਆ ਉਸਟਿਓ ਆਰਥਰਾਇਟਿਸ ਰੂਮਟੋਇਡ ਆਰਥਰਾਇਟਿਸ ਰੂਮਟੋਇਡ ਆਰਥਰਾਇਟਿਸ ਦੇ ਜਿਹੜੇ ਸਿੰਪਟਮ ਹੈ ਤੁਸੀਂ ਆਯੁਰਵੇਦ ਨਾਲ ਜਦੋਂ ਦੇਖਦੇ ਹੋ ਉਹ ਆਮ ਵਾਤ ਦੇ ਨਾਲ ਮਿਲਦੇ ਆ ਠੀਕ ਆ ਆਮ ਤੇ ਵਾਤ ਵਾਤ ਦਾ ਮਤਲਬ ਵాయు ਉਦਗੀ ਆਮ ਦਾ ਮਤਲਬ ਖਾਣਾ ਠੀਕ ਨਹੀਂ ਪਚਿਆ ਜਿਹੜੇ ਵੀ ਬੰਦੇ ਨੂੰ ਰੂਮਟੋਇਡ ਆਰਥਰਾਇਟਿਸ ਹੈ ਉਹ ਆਪਣਾ ਡਾਈਜੈਸਟਿਵ ਸਿਸਟਮ ਠੀਕ ਕਰ ਲੇ ਆਮ ਵਾਤ ਠੀਕ ਕਰ ਲੇ ਆਮ ਨੂੰ ਠੀਕ ਕਰ ਲੇ ਵਾਯੂ ਆਪਣੇ ਆਪ ਠੀਕ ਹੋ ਜੂਗੀ ਆਮ ਹੈ ਖਾਣਾ ਜਿਹੜਾ ਕੱਚਾ ਰਹਿ ਜਾਂਦਾ ਉਹ ਖਾਣੇ ਨੂੰ ਪਕਾਣ ਲੱਗ ਜਾ ਤੇਡ ਦੇ ਅੰਦਰ ਮਤਲਬ ਅਗਨੀ ਤੇਜ ਕਰ ਲੇ ਠੀਕ ਹੈ ਗੋਡਾ ਦਰਦ ਠੀਕ ਹੋ ਜਾਊਗਾ ਕੀ ਪਰ ਪਤਾ ਹੋਣਾ ਚਾਹੀਦਾ ਆਇਰਵੇਦ ਵਿੱਚ ਕੀ ਚੀਜ਼ ਹੈ ਨਹੀਂ ਸਮਝ ਆ ਰਹੀ ਫਿਰ ਅਸੀਂ ਬੈਠੇ ਆ ਫਿਰ ਇਹ ਚੀਜ਼ਾਂ ਡਾਇਰੈਕਟ ਮੰਗਾ ਲਓ ਫਿਰ ਵਿਸ਼ਵਾਸ ਕਰੋ ਤੇ ਪੇਨ ਵਾਸਤੇ ਪੇਨ ਤੇਲ ਪੋਰਟਲੀ ਕਰੀਮ ਲਾਓ ਮਹੀਨੇ ਚ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤੁਸੀਂ ਦੇਖੋ ਪੋਰਟਲੀ ਹੈਗੀ ਹੈ ਡਾਕਟਰ ਸਾਹਿਬ ਦੇ ਬਣਾਈ ਦਰਦ ਭਜਾਉਣ ਵਾਲੀ ਪੋਟਲੀ ਔਰ ਇਸ ਤੋਂ ਇਲਾਵਾ ਅਲਰਜੀ ਵਾਸਤੇ ਉਹਨਾਂ ਨੇ ਇਹ ਕਾਲਾ ਤੇਲ ਬਣਾਇਆ ਹੋਇਆ ਹੈ ਜਿਹੜਾ ਇਹਨਾਂ ਦਾ ਰਿਜ਼ਲਟ ਨਾਲ ਦੀ ਨਾਲ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਹੁਤ ਛੇਤੀ ਦਾ ਰਿਜ਼ਲਟ ਆਏਗਾ ਔਰ ਇਹ ਪੇਨ ਆਇਲ ਹੈਗਾ ਜਿਹੜੇ ਲੋਕ ਆਪਣੇ ਗੋਡਿਆਂ ਤੋਂ ਮੋਢਿਆਂ ਤੋਂ ਦਰਦਾਂ ਤੋਂ ਪ੍ਰੇਸ਼ਾਨ ਨੇ ਉਹਨਾਂ ਨੇ ਨੈਚੁਰਲ ਤਰੀਕੇ ਦਾ ਇਹ ਜਿਹੜਾ ਦੇਸੀ ਤੇਲ ਬਣਾ ਰੱਖਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਆਪਣੇ ਸਰੀਰ ਨੂੰ ਜਿਹੜਾ ਥੋੜਾ ਜਿਹਾ ਧਿਆਨ ਰੱਖ ਲਈਏ ਖਾਣ ਪੀਣ ਦਾ ਥੋੜਾ ਜਿਹਾ ਧਿਆਨ ਰੱਖ ਲਈਏ ਤਾਂ ਸਾਡੇ ਜਿਹੜੇ ਦਰਦ ਹੈਗੇ ਨੇ ਖਾਣ ਤੋਂ ਬਾਅਦ ਹਜ਼ਮ ਕਰਨਾ ਸ਼ੁਰੂ ਕਰ ਦਈਏ ਜਾਂ ਹਜ਼ਮ ਕਰਵਾਉਣਾ ਪੇਟ ਢਿੱਡ ਨੂੰ ਲੀਵਰ ਨੂੰ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਸਾਡ ਨੂੰ ਜੜੀਆਂ ਉਹ ਆਉਣਗੀਆਂ ਨਹੀਂ ਡਾਕਟਰ ਸਭ ਇੱਕ ਜਾਣਦੇ ਜਾਂਦੇ ਸਵਾਲ ਕਿਹੜੇ ਕਿਹੜੇ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਤੁਸੀਂ ਕਰ ਦਿੰਦੇ ਹੋ ਆਯੁਰਵੈਦਿਕ ਢੰਗ ਨਾਲ ਬੜੇ ਈਜ਼ੀ ਨਾਲ ਜਿਹੜੇ ਨੂੰ ਮਤਲਬ ਇਹ ਕਹਤਾ ਵੀ ਜਵਾਬ ਦੇ ਦਿੰਦੇ ਨੇ ਡਾਕਟਰ ਤੇ ਵੀ ਹੁਣ ਤੇ ਤੁਹਾਨੂੰ ਸਾਰੀ ਜ਼ਿੰਦਗੀ ਦਵਾਈ ਹੀ ਖਾਣੀ ਪੈਣੀ ਹੈ ਕੋਈ ਵੀ ਐਸੀ ਬਿਮਾਰੀ ਜਿੰਦੀ ਤੁਸੀਂ ਲੰਬੇ ਸਮੇਂ ਤੋਂ ਦਵਾਈ ਲੈ ਰਹੇ ਹੋ ਉੰਨਾ ਆਯੁਰਵੇਦ ਚੱਲ ਹੈ ਛੋਟੀ ਮੋਟੀ ਬਿਮਾਰੀ ਵਾਸਤੇ ਬੁਖਾਰ ਹੈ ਉਲਟੀ ਹੈ ਦਸਤ ਹੈ ਜ਼ੁਕਾਮ ਹੈ ਸਾਡੇ ਗੁਲਾਮ ਦੀ ਲੋੜ ਠੀਕ ਹੈ ਉੱਥੇ ਲੋਕਲ ਡਾਕਟਰ ਨੂੰ ਦਿਖਾਓ ਉੱਥੋਂ ਦਵਾਈ ਲਓ ਠੀਕ ਹੋ ਜਾ ਜੇ ਤੁਹਾਨੂੰ ਲੱਗਦਾ ਤੁਹਾਡੀ ਕਬਜ ਕਈ ਸਾਲਾਂ ਤੋਂ ਚੱਲ ਰਹੀ ਹੈ ਗੈਸ ਦੀ ਪ੍ਰੋਬਲਮ ਅਜਵੈਨ ਜੀਰਾ ਪੈਂਟੋਸਿਡ ਰਮੀਪਰਾਜ਼ੋ ਲੈਂਡੋਸਕੋਪੀ ਕਰਾ ਕੇ ਕੋਲੋਨੋਸਕੋਪੀ ਕਰਾ ਕੇ ਡਾਕਟਰਾਂ ਦੀਆਂ ਦਵਾਈਆਂ ਕਈ ਕਈ ਸਾਲ ਖਾ ਕੇ ਠੀਕ ਨਹੀਂ ਹੋਈ ਅਸੀਂ ਬੈਠੇ ਗੋਡਿਆਂ ਦੀ ਦਰਦ ਗੋਡਾ ਬਦਲਣ ਵਾਸਤੇ ਕਹਤਾ ਤੁਹਾਨੂੰ 10 ਸਾਲਾਂ ਤੋਂ ਦਰਦ ਹੈ ਤੁਹਾਨੂੰ 3 ਸਾਲ ਹੋ ਗਏ ਡਾਕਟਰ ਨੇ ਕਿਹਾ ਹੈ ਗੋਡਾ ਬਦਲਣਾ ਹੈ ਸਾਨੂੰ ਮਿਲੋ ਹਾਰਟ ਇਟ ਸਟੰਟ ਪਾਉਣ ਵਾਸਤੇ ਕਹਿ ਦਿੱਤਾ ਤੁਹਾਨੂੰ ਲੱਗਦਾ ਬਈ ਚਲ ਪਾਣਾ ਹੀ ਪੈਣਾ ਹੈ ਤੁਸੀਂ ਦਵਾਈ ਸ਼ੁਰੂ ਕਰੋ ਕੋਲੇਸਟ੍ਰੋਲ ਲੈਵਲ ਨਾਰਮਲ ਆ ਜਾਣਗੇ ਤੁਹਾਨੂੰ ਜਿਹੜਾ ਚੱਲਦੇ ਹੋਏ ਸਾਹ ਹੈ ਉਹਦੀ ਪ੍ਰੋਬਲਮ ਠੀਕ ਹੋ ਜਾਏਗੀ ਜਿਹੜੀ ਵੀ ਕ੍ਰੋਨਿਕ ਪ੍ਰੋਬਲਮ ਹੈ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਿਵੇਂ ਕੈਂਸਰ ਹੈ ਕੈਂసర్ ਇਮਿਊਨਿਟੀ ਤੇ ਜਿਸ ਦਿਨ ਤੁਸੀਂ ਕੰਮ ਕਰ ਦੋ ਕਿ ਕੈਂਸਰ ਸੈੱਲ ਖਤਮ ਹੋ ਜਾਏ ਕੈਂਸਰ ਸੈੱਲ ਤੁਹਾਡਾ ਆਪਣਾ ਸੈੱਲ ਹੈ ਠੀਕ ਹੈ ਉਹੀ ਗਲਤ ਨੂੰ ਪਤਾ ਲੱਗ ਗਿਆ ਉਹ ਚੱਲ ਪਿਆ ਪਰ ਕੀਮੋ ਰੇਡੀਓ ਇਹ ਪਰਮਨੈਂਟ ਸੋਲੂਸ਼ਨ ਨਹੀਂ ਹੈ ਉਸ ਤੋਂ ਬਾਅਦ ਵੀ ਤੁਹਾਨੂੰ ਇਮਿਊਨਿਟੀ ਤੇ ਕੰਮ ਕਰਨਾ ਹੈ ਨਹੀਂ ਤੇ ਉਹ ਫਿਰ ਮੁੜ ਕੇ ਆ ਜਾਂਦਾ ਹੈ ਜੀ ਉਹਦੇ ਤੇ ਡਾਕਟਰ ਕਹਿੰਦੇ ਨੇ ਵੀ ਡਬਲ ਅਟੈਕ ਕਰਦੇ ਡਬਲ ਉਹ ਉਹਨਾਂ ਦੇ ਵਾਸਤੇ ਹੈ ਕਿ ਤੁਸੀਂ ਆਯੁਰਵੇਦ ਨਾਲ ਜੁੜੋ ਆ ਕੇ ਮਿਲੋ ਕਨਸਰਨ ਕਰੋ ਆਪਣੀ ਰਿਪੋਰਟਾਂ ਲੈ ਕੇ ਆਓ ਸਾਰੀ ਰਿਪੋਰਟਾਂ ਜਿਹੜਾ ਤੁਸੀਂ ਪੂਰਾ ਥੱਦਾ ਇਕੱਠਾ ਕੀਤਾ ਹੈ ਨਾ 10 ਸਾਲਾਂ ਦੇ ਉਹ ਸਾਰਾ ਲੈ ਕੇ ਆਓ ਸਾਡੇ ਨਾਲ ਡਿਸਕਸ ਕਰੋ ਆਯੁਰਵੇਦ ਵਿੱਚ ਇਨ ਚੀਜ਼ਾਂ ਦਾ ਸਮਾਧਾਨ ਹੈ ਬਹੁਤ ਅੱਛੇ ਰਿਜ਼ਲਟਸ ਹੈਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੱਸ ਸਭ ਸਾਰੀ ਗੱਲਬਾਤ ਲਈ ਸੋ ਇਹਨਾਂ ਮਾਡਰਨ ਲੋਕਾਂ ਦੇ ਦੇਸੀ ਵੇਅ ਜਿਨ੍ਹਾਂ ਨੇ ਅੱਜ ਦੇਸੀ ਢੰਗ ਨਾਲ ਬਣਾਏ ਗਏ ਜਿਹੜੇ ਤੇਲ ਹੈਗੇ ਨੇ ਆਇਲ ਹੈਗੇ ਨੇ ਔਰ ਲਿਪਕਟ ਹੈਗਾ ਉਹਨਾਂ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਅਸੀਂ ਤੇਲਾਂ ਦੇ ਜ਼ਰੀਏ ਹੀ ਦਰਦਾਂ ਨੂੰ ਭਜਾ ਸਕਦੇ ਆ ਅਲਰਜੀ ਖਤਮ ਕਰ ਸਕਦੇ ਆ ਕੰਪੈਰੀਟਿਵਲੀ ਅਸੀਂ ਪੇਨ ਕਿਲਰ ਖਾਈਏ ਜਾਂ ਫਿਰ ਹੋਰ ਕੋਈ ਕੈਮੀਕਲ ਯੁਕਤ ਕਰੀਮਾਂ ਜਾਂ ਫਿਰ ਹੋਰ ਕੋਈ ਚੀਜ਼ਾਂ ਦਾ ਜਿਹਨਾਂ ਨੂੰ ਅੱਜਕੱਲ ਬੜਾ ਰਵਾਜ਼ ਹੈਗਾ ਉਹ ਅਸੀਂ ਆਪਣੇ ਚਮੜੀ ਦੇ ਉੱਤੇ ਇਸਤੇਮਾਲ ਕਰੀਏ ਉਮੀਦ ਕਰਦਾ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਔਰ ਮੇਰੀ ਕੋ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਵੀ ਡਾਕਟਰ ਸਾਹਿਬ ਨੇ ਦੱਸਿਆ ਹੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਉਹਦੇ ਵਾਸਤੇ ਤੁਸੀਂ ਡਾਕਟਰ ਨਾਲ ਪਹਿਲਾਂ ਕੰਸਲਟ ਕਰਨਾ ਹੈ ਉਸ ਤੋਂ ਬਾਅਦ ਨੁਸਖਾ ਫਾਰਮੂਲਾ ਜਿਹੜਾ ਤੁਸੀਂ ਉਹ ਸ਼ੁਰੂ ਕਰਨਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦੋ ਆ ਗਿਆ ਧੰਨਵਾਦ